जब लौ नहीं पाग लीलारी उदय, तब लौ प्रमते फिरते बहुतायो, कल कूर समुद्र में बूडत थे, कब हूँ मिट है नहीं रे पछतायो। तत विचार यह मथुरा, जग तारण को अवतार बनायो, जपियो जिन अर्जुन देव गुरु, फिर संकट जून गर्भ ना आयो। बेशुमार अथाह अगनत अतुल, ज्यों बुलावो त्यों नानक दास बोले। सतनाम वाहिगुरु साहिब जीओ। ਉਡੀ ਮਹਿਲਾ ਪੰਜਵਾ, ਮਾਈ ਮਾਇਆ ਛਲ, ਤ੍ਰਿੰਕੀ ਅਗਨ ਮੇਘ ਕੀ ਛਾਇਆ, ਗੋਬਿੰਦ ਭਜਨ ਬਿਨ ਹੜ ਕਾ ਜਲ ਰਹਾਓ। ਹਾਜ਼ਰ ਹਜ਼ੂਰ ਜ਼ਹਿਰਾ ਜ਼ਹੂਰ ਸਰਬ ਕਲਾ ਭਰਪੂਰ ਚਬਰ ਛਤਰ ਤਖ਼ਤ ਦੇ ਮਾਲਕ, ਰੂਹਾਨੀਅਤ ਦੇ ਭੰਡਾਰ, ਸੁੱਖਾਂ ਦੇ ਖਜ਼ਾਨੇ, ਦੁੱਖਾਂ ਦੇ ਮੇਟਨਹਾਰ, ਰੂਹ ਦਰ ਹਰ ਜਿਸ਼ਮ, ਨੂਰ ਦਰ ਹਰ ਚਸ਼ਮ, ਸ਼ਬਦ ਗੁਰਪੀਰਾ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਸੰਧਿਆ ਵੇਲੇ ਦੇ ਦੀਵਾਨਾਂ ਦੀ ਹਾਜ਼ਰੀ ਪਰਦੇ, ਪਰਮ ਸਨਮਾਨਯੋਗ ਸਤਸੰਗੀ ਜਨੋ, ਆਪ ਜਿੰਨੇ ਗੁਰਦਰਬਾਰ 'ਚ ਹਾਜ਼ਰ ਹੋ, ਜਿੰਨੇ ਘਰ ਬੈਠੇ ਸਹਿਜ ਪਾਠ ਦੀਆਂ ਵਿਚਾਰਾਂ ਸਰਵਣ ਕਰਨ ਵਾਸਤੇ ਆਪਣੇ ਮਨ ਬਿਰਤੀ ਇਕਾਗਰ ਕਰਨ ਦੀ ਸਤਿਗੁਰੂ ਜੀ ਦੇ ਸ਼ਬਦ ਦੇ ਪਾਸੋਂ ਤਾਕੀਦ ਲੈ ਰਹੇ ਹੋ, ਆਪ ਸਾਰੀਆਂ ਸੰਗਤਾਂ ਨੂੰ ਜੀਓ ਆਇਆਂ ਨੂੰ, ਅਤੇ ਨਾਲ ਹੀ ਬਹੁਤ ਮੁਬਾਰਕ ਭਰਾ ਸਮਾਂ ਸਤਿਗੁਰੂ ਜੀ ਨੇ ਬਖਸ਼ਿਆ ਹੈ। ਇਸ ਪੋਥੀ ਦਾ ਸਫ਼ਰ ਤਕਰੀਬਨ ਕੱਲ੍ਹ ਤੱਕ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਸੰਪੂਰਨ ਹੋਏਗਾ, ਜੋ ਕਿ 720 ਅੰਗ ਤੱਕ ਹੈ। 717 ਅੰਗ ਤੋਂ ਅੱਜ ਵਿਚਾਰ ਆਰੰਭੀਏ। ਅੱਜ ਦੀ ਵਿਚਾਰ ਆਪਾਂ ਟੋਡੀ ਰਾਗ ਦੇ ਵਿੱਚ ਸਰਵਣ ਕਰ ਰਹੇ ਹਾਂ। ਗੁਰੂ ਗ੍ਰੰਥ ਸਾਹਿਬ ਜੀ ਦਾ 12ਵਾਂ ਰਾਗ ਹੈ, ਦੂਜੇ ਪੈਰ ਦਾ ਰਾਗ ਹੈ। ਹਿੰਦੁਸਤਾਨੀ ਸੰਗੀਤ ਪਰੰਪਰਾ ਦਾ ਇਹ ਰਾਗਣੀ ਹੈ, ਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਹ ਰਾਗ ਹੈ, ਇਹ ਭੇਤ ਹੈ ਗੁਰਮਤ ਦਾ, ਗੁਰਮਤ ਸੰਗੀਤ ਦਾ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਵਿੱਚ ਟੋਡੀ ਰਾਗ 'ਚ ਇੱਕ ਸ਼ਬਦ ਗੁਰੂ ਰਾਮਦਾਸ ਜੀ ਦਾ ਆਪ ਸੰਗਤਾਂ ਨੇ ਸਰਵਣ ਕੀਤਾ ਹੈ, ਉਪਰੰਤ 30 ਸ਼ਬਦ ਗੁਰੂ ਅਰਜੁਨ ਸਾਹਿਬ ਜੀ ਦੇ ਨੇ, ਜਿਹੜੀ ਲੜੀ ਚੱਲ ਰਹੀ ਹੈ। ਇਸ ਤੋਂ ਬਾਅਦ ਆਪਾਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਵੀ ਸ਼ਬਦ ਦੇ ਦਰਸ਼ਨ ਕਰਾਂਗੇ, ਫਿਰ ਭਗਤਾਂ ਦੇ। ਆਓ ਜੀ, ਅਸੀਸ ਬਖਸ਼ੋ। ਜਿੰਨੇ ਗੁਰਦਰਬਾਰ 'ਚ ਬੈਠੇ ਹੋ, ਕੋਈ ਵੀ ਰਸਨਾ ਵਿਰਵੀ ਨਾ ਰਹੇ, ਗੱਜ ਵੱਜ ਕੇ ਗੁਰੂ ਬਖਸ਼ੀ ਫਤਿਹ ਸਾਂਝੀ ਕਰੋ। ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਟੋਡੀ ਮਹੱਲਾ ਪੰਜਵਾਂ, ਮਾਈ ਮਾਇਆ ਛਲ। ਮਾਇਆ ਦੇ ਵੀ ਬਹੁਤ ਰੰਗ ਨੇ, ਕਿਸੇ ਨੂੰ ਲਕਸ਼ਮੀ ਕਰਕੇ ਚਿੰਬੜੀ, ਕਿਸੇ ਨੂੰ ਹਉਮੈ ਕਰਕੇ, ਕਿਸੇ ਨੂੰ ਗਿਆਨ ਦੀ ਵਿਦਵਤਾ ਕਰਕੇ, ਕਿਸੇ ਨੂੰ ਆਪਣੀ ਤਾਕਤ ਆਪਣੇ ਬਲ ਕਰਕੇ, ਕਿਸੇ ਨੂੰ ਮੈਂ ਮੇਰੀ ਕਰਕੇ, ਕਿਸੇ ਨੂੰ ਪੁੱਤਰਾਂ ਧੀਆਂ ਕਰਕੇ, ਕਿਸੇ ਨੂੰ ਕਾਰੋਬਾਰਾਂ ਕਰਕੇ, ਕਿਸੇ ਨੂੰ ਧਨ ਸੰਪਦਾ ਕਰਕੇ, ਪੁੱਤਰਾਂ ਧੀਆਂ ਕਰਕੇ, ਕਿਸੇ ਰੂਪ ਦੇ ਵਿੱਚ। ਇਹਦੇ ਬੜੇ ਅਸੰਖ ਹੀ, ਅਨੇਕ ਹੀ ਇਹਦੇ ਰੂਪ ਨੇ, ਇਹ ਛਲ ਹੈ। ਮਾਈ ਮੇਰੀ ਮਾਂ, ਮੇਰੀ ਮੱਤ ਵੀ ਵਰਤਿਆ ਵਿਦਵਾਨਾਂ ਨੇ ਮੱਤ ਨੂੰ ਸਮਝਾਉਣ ਵਾਸਤੇ। ਮਾਇਆ ਛਲ, ਇਹ ਛਲ ਹੈ ਉਹਨਾਂ ਕੁ ਚਿਰ ਵਾਸਤੇ ਇਹ ਚੰਗੀ ਲੱਗਦੀ ਹੈ, ਜਿੰਨਾ ਚਿਰ ਲਈ ਤ੍ਰਿਣ ਕੀ ਅਗਨ, ਮੇਘ ਕੀ ਛਾਇਆ, ਗੋਬਿੰਦ ਭਜਨ ਬਿਨ ਹੜਕਾ ਜਲ। ਜਿਸ ਤਰ੍ਹਾਂ ਇੱਕ ਤਿਣਕੇ ਨੂੰ, ਤਿਣਕਾ ਚਲੋ ਮਾਚਿਸ ਦੀ ਤੀਲੀ ਕਹਿ ਲਈਏ, ਮਾਚਿਸ ਦੀ ਤੀਲੀ ਨੂੰ ਅੱਗ ਲਾਈਏ, ਕਿੰਨੀ ਦੇਰ ਜਲ ਸਕਦੀ ਹੈ। ਇਸ ਮਾਇਆ ਦਾ ਛਲ ਇੰਨਾ ਹੈ, ਤ੍ਰਿਣ ਕੀ ਅਗਨ, ਮੇਘ ਕੀ ਛਾਇਆ। ਬੱਦਲ ਸੂਰਜ ਦੇ ਉੱਤੇ ਆਉਂਦੇ ਆ, ਪਰ ਕਿੰਨੀ ਦੇਰ ਲਈ ਆਉਂਦੇ ਆ, ਮੁੜ ਕੇ ਉਹ ਗਾਂਹ ਲੰਘ ਜਾਂਦੇ ਨੇ। ਕਹਿੰਦੇ ਇੰਨਾ ਹੀ ਜਿਸ ਤਰ੍ਹਾਂ ਇੱਕ ਮੇਘ ਬੱਦਲ ਦਾ ਪਰਛਾਵਾਂ ਹੈ, ਅਤੇ ਪ੍ਰਭੂ ਦੇ ਸਿਮਰਨ ਤੋਂ ਬਿਨਾਂ ਮਾਇਆ ਦਾ ਛਲ ਇਸ ਤਰ੍ਹਾਂ ਦਾ ਹੈ
ਗੋਬਿੰਦ ਭਜਨ ਬਿਨ ਹੜਕਾ ਜਲ, ਹੜ੍ਹ ਜਦ ਆਉਂਦਾ ਤਾਂ ਪਾਣੀ ਸਦਾ ਖੜ੍ਹਾ ਨਹੀਂ ਰਹਿੰਦਾ, ਉਹ ਹਰ ਹੜ੍ਹ ਪਾਣੀ ਵਾਪਸ ਨਦੀਆਂ ਨਾਲਿਆਂ ਦੇ ਵਿੱਚ ਸਮੁੰਦਰਾਂ ਵਿੱਚ ਵਾਪਸ ਚਲਾ ਜਾਂਦਾ। ਮਾਇਆ ਦਾ ਜਿਹੜਾ ਇਹ ਛਲ ਹੈ ਨਾ, ਇਹ ਚਾਰ ਦਿਨਾਂ ਦਾ, ਅਤੇ ਸਤਿਗੁਰੂ ਜੀ ਕਹਿੰਦੇ ਇਹ ਸਮਝੀਏ, ਪ੍ਰਭੂ ਦੀ ਬੰਦਗੀ ਇਸ ਮਾਇਆ ਦੇ ਛਲ ਦੇ ਵਿੱਚ ਪੈ ਕੇ ਵਿਸਰੀਏ ਨਾ, ਗੋਬਿੰਦ ਦੇ ਨਾਮ ਨੂੰ ਬਿਲਕੁਲ ਭੁੱਲ ਨਾ ਜਾਈਏ, ਸਤਿਗੁਰੂ ਜੀ ਦੇ ਸ਼ੁਕਰਾਨੇ 'ਚ ਜੁੜੀਏ। ਨਹੀਂ ਤਾਂ ਇਹ ਐਸਾ ਛਲ ਹੈ, ਜਦ ਆਏਗੀ ਤਾਂ ਬੜੀ ਲੁੱਡੀਆਂ ਪਾਉਂਦੀਆਂ ਆਏਗੀ। ਜਾਣਾ ਇਹਨੇ ਜ਼ਰੂਰ ਹੈ, ਪਰ ਰੋਂਦੇ ਕਢਾ ਕੇ ਜਾਏਗੀ ਜੀ। ਰਹਾਉ ਛੋੜ ਸਿਆਣਪ ਬਹੁ ਚਤੁਰਾਈ, ਦੁਇ ਕਰ ਜੋੜ ਸਾਧ ਮਗ ਚੱਲ, ਸਿਮਰ ਸੁਆਮੀ ਅੰਤਰ ਜਾਮੀ, ਮਾਨੁਖ ਦੇਖਾ ਇਹ ਉੱਤਮ ਫਲ। ਦੁਇ ਕਰ ਜੋੜ ਮੰਗੂ ਇੱਕ ਦਾਨਾ, ਸਾਹਿਬ ਤੁੱਠੈ ਪਾਵਾਂ। ਇਹ ਮੈਂ ਹੱਥ ਜੋੜ ਕੇ, ਬਾਹਰੀ ਤੌਰ 'ਤੇ ਹੱਥ ਕਰ ਜੋੜਨੇ ਇਵੇਂ ਹੁੰਦੇ ਹੈ, ਹਿਰਦੇ ਰੂਪ ਦੇ ਵਿੱਚ ਇਹ ਸ਼ਰਧਾ ਦਾ ਪ੍ਰਤੀਕ ਹੈ। ਜਿੱਥੇ ਸਰੀਰ ਦਾ ਝੁਕਣਾ ਸਤਿਗੁਰੂ ਜੀ ਦੇ ਸਨਮੁੱਖ, ਇਹ ਮੱਤ ਦਾ ਝੁਕ ਜਾਣਾ, ਕਿਉਂਕਿ ਸਾਡਾ ਆ ਦਿਮਾਗ, ਸਾਡੀ ਮੱਤ ਉੱਤਮ ਥਾਂ ਧਰਤੀ ਨੂੰ ਲੱਗ ਜਾਂਦਾ। ਇਸ ਕਰਕੇ ਹੱਥ ਜੋੜਨਾ ਇਕੱਲੀ ਇਹ ਬਾਹਰ ਦੀ ਸਾਡੀ ਇੱਕ ਪਰੰਪਰਾ ਨਹੀਂ ਹੈ, ਇਹ ਇੱਕ ਅੰਦਰ ਦਾ ਨਿਮਾਣ ਬਿਰਤੀ ਵਾਲਾ ਇੱਕ ਸੁਭਾਅ ਹੈ, ਜਿਸ ਸੁਭਾਅ ਦੇ ਵਿੱਚ ਸਾਹਿਬ ਜੀ ਕਹਿੰਦੇ ਛੋੜ ਸਿਆਣਪ ਬਹੁ ਚਤੁਰਾਈ, ਦੋਏ ਕਰ ਜੋੜ, ਦੋਨੋਂ ਹੱਥਾਂ ਨੂੰ ਜੋੜ ਅੰਦਰੋਂ ਕਰਕੇ, ਸ਼ਰਧਾ ਕਰਕੇ। ਸਾਧ ਮੱਗ ਚੱਲ, ਮੱਗ ਕਹਿੰਦੇ ਮਾਰਗ, ਕਿਹੜਾ ਮਾਰਗ? ਇਤ ਮਾਰਗ ਚੱਲੇ ਭਾਈ ਅੜੇ, ਗੁਰ ਕਹੈ ਸੋ ਕਾਰ ਕਮਾਏ ਜੀ, ਤਿਆਗੇ ਮਨ ਕੀ ਮਤੜੀ। ਇਸ ਕਰਕੇ ਛੋੜ ਸਿਆਣਪ ਬਹੁ ਚਤੁਰਾਈ, ਤਿਆਗੇ ਮਨ ਕੀ ਮਤੜੀ ਵਿਸਾਰੇ ਦੂਜਾ ਭਾਉ ਜੀਓ। ਇਸ ਕਰਕੇ ਹੱਥ ਜੋੜ ਕੇ ਭਾਵ ਅੰਦਰ ਭਾਵਨਾ ਸ਼ਰਧਾ ਪ੍ਰੇਮ ਨਾਲ ਇਸ ਮਾਰਗ 'ਤੇ, ਗੁਰੂ ਦੇ ਮਾਰਗ 'ਤੇ ਚੱਲ, ਸਿਮਰ ਸੁਆਮੀ ਅੰਤਰ ਜਾਮੀ, ਮਾਨੁਖ ਦੇਹ ਕਾ ਇਹ ਉੱਤਮ ਫਲ। ਸਾਰਾ ਕੁਝ ਕੀਤਾ ਪਰ ਪ੍ਰਭੂ ਦਾ ਸਿਮਰਨ ਨਹੀਂ ਕੀਤਾ, ਅਤੇ ਜੀਵਨ ਦਾ ਅੰਤਮ ਜਿਹੜਾ ਸੱਚ ਹੈ, ਜਿਹੜਾ ਸਭ ਤੋਂ ਸੁੱਖ ਦੇਣ ਵਾਲਾ ਫਲ ਹੈ, ਉਹ ਪ੍ਰਾਪਤ ਨਹੀਂ ਹੋਏਗਾ। ਇਸ ਕਰਕੇ ਪ੍ਰਭੂ ਦਾ ਸਿਮਰਨ ਹੀ ਇਸ ਮਨੁੱਖਾ ਦੇਹੀ ਦੇ ਵਿੱਚ ਸਭ ਤੋਂ ਉੱਤਮ ਫਲ ਹੈ ਜੀ। ਵੇਦ ਬਖਿਆਨ ਕਰਤ ਸਾਧੂ ਜਨ, ਭਾਗਹੀਨ ਸਮਝਤ ਨਹੀਂ ਖਲ, ਪ੍ਰੇਮ ਭਗਤ ਰਾਚੇ ਜਨ ਨਾਨਕ, ਹਰ ਸਿਮਰਨ ਦੈਣ ਪਏ ਮਲ। ਸਤਿਗੁਰੂ ਜੀ ਕਹਿੰਦੇ ਆ ਕਿ ਇਹ ਗੱਲ ਇਕੱਲੀ ਅਸੀਂ ਨਹੀਂ ਕਰ ਰਹੇ, ਇਹ ਤਾਂ ਆਦਿ ਕਾਲ ਤੋਂ ਵੇਦਾਂ ਦੇ ਵਿੱਚ ਵੀ ਦੱਸੀ ਗਈ ਹੈ। ਵੇਦ ਬਖਿਆਨ ਕਰਤ ਸਾਧੂ ਜਨ, ਭਗਤਹੀਨ ਸਮਝਤ ਨਹੀਂ ਖਲ। ਖਲ ਕਹਿੰਦੇ ਮੂਰਖ, ਸਾਡਾ ਮੂਰਖ ਮਨ ਸਮਝ ਕੇ ਰਾਜ਼ੀ ਨਹੀਂ ਹੈ, ਜਾਣਦਾ ਕਿ ਇਹ ਨਕਟੀ ਹੈ, ਇਹਨੇ ਨੱਕ ਨੂੰ ਵੱਢ ਦੇਣਾ, ਇਹਨੇ ਕੱਖ ਨਹੀਂ ਰਹਿਣ ਦੇਣਾ, ਇਹਨੇ ਸਭ ਕੁਛ ਛਿੱਕੇ ਟੰਗ ਦੇਣਾ ਜਦ ਇਹ ਚਿੰਬੜਗੀ ਦਿਮਾਗ 'ਚ, ਕਿਉਂਕਿ ਇਹ ਵਿਣ ਦੰਤਾਂ ਜਗ ਖਾਇਆ ਵਾਲੀ ਬਿਰਤੀ ਹੈ, ਇਹਨੇ ਨਿਗਲਣਾ ਹੀ ਹੈ ਸਿੱਧਾ। ਸੱਪਣੀ ਸੱਪ ਸਿੱਧਾ ਨਿਗਲਦਾ, ਖਾਂਦਾ ਨਹੀਂ ਹੈ, ਇਸ ਮਾਇਆ ਨੇ ਸਿੱਧਾ ਨਿਗਲਣਾ। ਪਤਾ ਬਾਅਦ 'ਚ ਲੱਗਣਾ ਕਿ ਨਿਗਲੇ ਗਏ ਹਾਂ, ਕਿ ਠੱਗੇ ਗਏ ਹਾਂ ਮਾਇਆ ਦੇ ਹੱਥੋਂ। ਕਦ ਪਤਾ ਲੱਗਣਾ? ਜਦ ਇਹ ਸਾਰੀ ਉਮਰ ਦੀ ਤਾਕਤ, ਇਹ ਸਵਾਸ ਆ ਬੀਤ ਜਾਣਗੇ। ਇਸ ਕਰਕੇ ਸਾਹਿਬ ਜੀ ਕਹਿੰਦੇ ਕਿ ਅਸੀਂ ਭਾਗਹੀਨ ਹੈਗੇ ਹਾਂ, ਮੂਰਖ ਹੈਗੇ ਹਾਂ, ਖਲ ਸਮਝ ਨਹੀਂ ਰਹੇ। ਪ੍ਰੇਮ ਭਗਤ ਰਾਚੇ ਜਨ ਨਾਨਕ, ਹਰ ਸਿਮਰਨ ਦਹਿਨ ਭਏ ਮਲ। ਇੱਥੇ ਮਲ ਹੀ ਪੜ੍ਹਨਾ, ਮਲ ਨਹੀਂ ਪੜ੍ਹਨਾ, ਲੱਲੇ ਨੂੰ ਬਿੰਦੀ ਲਾ ਕੇ ਨਹੀਂ ਪੜ੍ਹਨਾ। ਪ੍ਰਭੂ ਜੀ ਕਹਿੰਦੇ ਪ੍ਰੇਮ ਭਗਤ, ਪ੍ਰੇਮਾ ਭਗਤੀ 'ਚ ਜਿਹੜੇ ਰਾਚੇ ਗਏ ਭਿੱਜ ਗਏ, ਐਨ ਪ੍ਰਭੂ ਦੇ ਚਰਨਾਂ 'ਚ ਟਿਕ ਗਏ, ਜਨ ਨਾਨਕ ਹਰ ਸਿਮਰਨ ਦਹਿਨ ਭਏ। ਪ੍ਰਭੂ ਦਾ ਸਿਮਰਨ ਕਰਕੇ ਦਹਿਨ ਕਹਿੰਦੇ ਸੜ ਜਾਣਾ, ਉਹਨਾਂ ਦੇ ਕੀ ਸੜ ਗਏ? ਕਹਿੰਦੇ ਭਏ ਮਲ। ਮਲ ਕਹਿੰਦੇ ਪੰਜ ਜਿਹੜੇ ਅੰਦਰ ਭਲਵਾਨ ਸੀ ਨਾ, ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਇਸ ਦੇਹੀ ਅੰਦਰ ਪੰਜ ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ, ਅੰਮ੍ਰਿਤ ਲੁੱਟੈ ਮਨਮੁਖ ਨਹੀਂ ਬੂਝੈ, ਕੋਈ ਨਾ ਸੁਣੈ ਪੁਕਾਰਾ। ਇਹ ਜਿਹੜੇ ਮਲ ਸੀ, ਮਲ ਦਾ ਮਤਲਬ ਇਹ ਮਲ ਅਖਾੜਾ ਲਾਉਣ ਵਾਲੇ ਤਾਕਤਵਰ ਭਲਵਾਨ। ਮਲ ਦਾ ਅੱਖਰ ਅਰਥ ਹੁੰਦਾ ਮੈਲ, ਲੱਲੇ ਪੈਰ ਬਿੰਦੀ, ਇੱਥੇ ਭਲਵਾਨਾਂ ਲਈ ਹੈ, ਇਸ ਲਈ ਲੱਲਾ ਮੁਕਤਾ ਪੜ੍ਹਨਾ। ਕਹਿੰਦੇ ਜਦ ਸਿਮਰਨ 'ਚ ਟਿਕੇ ਅਤੇ ਇਹ ਪੰਜ ਬਲਵਾਨ ਸੜ ਗਏ ਜੀ। ਤੁਹਾਡੀ ਮਹਿਲਾ ਪੰਜਵਾਂ, ਮਾਈ ਚਰਨ ਗੁਰ ਮਿੱਠੇ, ਵੱਡੇ ਭਾਗ ਦੇਵੇ ਪਰਮੇਸ਼ਰ, ਕੋਟ ਫਲਾ ਦਰਸ਼ਨ ਗੁਰ ਡੀਠੇ ਰਹਾਉ। ਟੋਡੀ ਮਹੱਲਾ ਪੰਜਵਾਂ, ਮੇਰੀ ਮਾਂ ਚਰਨ ਗੁਰ ਮਿੱਠੇ, ਬਾਣੀ ਮਿੱਠੀ ਲੱਗੀ ਹੈ,
ਮੇਰੇ ਮਨ ਦੇ ਵਿੱਚ ਹਮਾਰੀ ਪਿਆਰੀ ਅੰਮ੍ਰਿਤਧਾਰੀ ਗੁਰਨਿਮਖ ਨਾ ਮਨ ਤੇ ਟਾਰੀ ਰੇ, ਇਹ ਮਿੱਠਾ ਲੱਗਿਆ। ਮੇਰੇ ਮਨ ਮਿਸ਼ਟ ਲੱਗਾ ਪ੍ਰਿਯ ਬੋਲਾ, ਪ੍ਰਭੂ ਦਾ ਬਚਨ ਗੁਰੂ ਦੇ ਚਰਨ ਨੇ ਜੀ, ਗੁਰੂ ਦੇ ਚਰਨ ਪ੍ਰਭੂ ਦੀ ਬਾਣੀ ਮਿੱਠੀ ਲੱਗੀ। ਵੱਡਾ ਭਾਗ ਦੇਵੈ ਪਰਮੇਸ਼ਰ ਕੋਟ ਫਲਾ ਦਰਸ਼ਨ ਗੁਰ ਡੀਠੇ, ਇਹ ਵੱਡੇ ਭਾਗ ਮਿਲੇ, ਬਹੁਤ ਵੱਡੇ ਅਸੀਮ ਭਾਗ ਮਿਲੇ ਹੈ ਕਿ ਗੁਰੂ ਦੇ ਦਰਸ਼ਨ ਹੋਣ ਲੱਗੇ ਮਨ ਨੂੰ। ਇਹ ਦਰਸ਼ਨ ਹੀ ਹੈ ਜੀ। ਦਸਾਂ ਗੁਰੂ ਸਾਹਿਬਾਨਾਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ, ਦੀਦਾਰ ਕਾ ਧਿਆਨ ਤਰਕੇ ਖਾਲਸਾ ਜੀ। ਬੋਲੋ ਜੀ, ਆਹ ਤੁਸੀਂ ਪਾਠ ਦਾ ਦੀਦਾਰ ਕਰ ਰਹੇ ਹੋ, ਇਹੀ ਦਰਸ਼ਨ ਨੇ। ਇਹ ਵੱਡੇ ਭਾਗਾਂ ਦੇ ਨਾਲ ਨਸੀਬ ਹੁੰਦੇ ਨੇ, ਜਿਹਨੂੰ ਮਿਲ ਜਾਣ। ਸਤਿਗੁਰੂ ਜੀ ਕਹਿੰਦੇ ਹੈ ਕਿ ਉਹਨੂੰ ਸਾਰੀ ਦੁਨੀਆ ਦੇ ਫਲ ਮਿਲ ਗਏ। ਇਹਨੂੰ ਕਿਹਾ ਵੱਡਾ ਭਾਗ ਦੇਵੈ ਪਰਮੇਸ਼ਰ ਕੋਟ ਫਲਾ ਦਰਸ਼ਨ ਗੁਰ ਡਿਠੇ, ਕਰੋੜਾਂ ਹੀ ਫਲ, ਕਰੋੜਾਂ ਹੀ ਸੁੱਖ ਇਸ ਗੁਰੂ ਦੇ ਗਿਆਨ ਦੇ ਦਰਸ਼ਨ ਵਿੱਚ ਨੇ ਜੀ। ਰਹਾਓ ਗੁਣ ਗਾਵਤ ਅਛੁਤ ਅਬਿਨਾਸੀ, ਕਾਮ ਕ੍ਰੋਧ ਬਿਨ ਸੇ ਮਦ ਢੀਠੇ, ਅਸਥਿਰ ਭਏ ਸਾਚ ਰੰਗ ਰਾਤੇ, ਜਨਮ ਮਰਨ ਬਾਹੁਰ ਨਹੀਂ ਪੀਠੇ। ਗੁਣ ਗਾਵਤ ਅਚਿਉਤ, ਅਚਿਉਤ ਦਾ ਮਤਲਬ ਜਿਹਨੂੰ ਨਾਸ਼ ਨਾ ਕੀਤਾ ਜਾ ਸਕੇ, ਜਿਹੜਾ ਖਤਮ ਫਨਾ ਨਾ ਹੋ ਸਕੇ, ਜਿਹੜਾ ਜਿੱਤਿਆ ਨਾ ਜਾ ਸਕੇ। ਗੁਣ ਗਾਵਤ ਅਚਿਉਤ ਅਵਿਨਾਸੀ, ਉਸ ਪ੍ਰਭੂ ਦੀ ਪ੍ਰਾਪਤੀ ਹੋਈ ਜਿਹੜਾ ਅਵਿਨਾਸ਼ ਹੈ, ਅਵਿਨਾਸ਼ ਨਹੀਂ ਕੀਤਾ ਜਾ ਸਕਦਾ, ਮੈਲਾ ਨਹੀਂ ਹੁੰਦਾ। ਕਾਮ ਕ੍ਰੋਧ ਬਿਨਸੇ ਮਦ ਢੀਠੇ, ਡੀਠੇ ਨਹੀਂ ਪੜਨਾ, ਡੀਠੇ ਹੁੰਦਾ ਡੱਡੇ ਨਾਲ, ਇਹ ਢੀਠੇ ਹੈ, ਇਹ ਢੱਡੇ ਨਾਲ ਹੈ, ਡੱਡਾ ਅਤੇ ਢੱਡਾ, ਡਿੱਠੇ ਸੱਬੇ ਥਾਂ ਪੜਦੇ ਹਾਂ ਡੱਡੇ ਨਾਲ, ਕਿਉਂਕਿ ਅਕਸਰ ਮੈਂ ਇਹ ਉਚਾਰਨ ਸੁਣਿਆ ਤਾਂ ਆਪ ਸੰਗਤਾਂ ਦੇ ਸਨਮੁਖ ਮੈਂ ਬੇਨਤੀ ਕਰਦਾ, ਇਹਨੂੰ ਢੀਠੇ ਹੀ ਪੜਿਓ। ਢੀਠ ਜਿਹਨੂੰ ਕਹਿੰਦੇ ਆ, ਸਖਤ ਕਠੋਰ ਜਿਹੜੇ, ਸਟੱਬਨ ਜਿਹਨੂੰ ਆਪਾਂ ਕਹਿੰਦੇ ਆ। ਕਹਿੰਦੇ ਜਦ ਅਸੀਂ ਪ੍ਰਭੂ ਦੀ ਪ੍ਰਾਪਤੀ ਕੀਤੀ, ਨਾਮ ਦੀ ਪ੍ਰਾਪਤੀ ਕੀਤੀ, ਇਹ ਕਾਮ ਅਤੇ ਕ੍ਰੋਧ ਇਹ ਜਿਹੜੇ ਢੀਠ ਸਨ ਅੰਦਰ, ਇਹ ਬਿੰਸ ਗਏ, ਅਸਥਿਰ ਭਏ ਸਾਚ ਰੰਗ ਰਾਤੇ, ਜਨਮ ਮਰਨ ਬਾਹਰ ਨਹੀਂ ਪੀਠੇ। ਕਹਿੰਦੇ ਜਦ ਇਹ ਮਨ ਪ੍ਰਭੂ ਦੇ ਸ਼ਬਦ 'ਚ ਜੁੜਦਾ ਹੈ ਨਾ, ਫਿਰ ਮਨ ਨੂੰ ਪਤਾ ਲੱਗ ਜਾਂਦਾ ਹੈ, ਮਿੱਤਰ ਪਿਆਰਾ ਨਾਨਕ ਜੀ, ਮੇਰਾ ਮਿੱਤਰ ਨਾਨਕ ਹੈ, ਗੁਰੂ ਨਾਨਕ ਸਾਹਿਬ ਮੇਰੇ ਮਿੱਤਰ ਨੇ, ਮੈਨੂੰ ਕਾਹਦੀ ਚਿੰਤਾ, ਚਿੰਤਾ ਦਾ ਖਿਆਲ ਛੋਟਾ, ਗੁਰੂ ਪਾਤਸ਼ਾਹ ਜੀ ਦਾ ਨਾਮ ਵੱਡਾ ਹੈ। ਇਹ ਮਨ ਦੇ ਵਿੱਚ ਚਿੰਤਾ ਦੇ ਖਿਆਲ ਦੀ ਜਗ੍ਹਾ ਪ੍ਰਭੂ ਦਾ ਨਾਮ ਟਿਕ ਜਾਂਦਾ, ਮਨ ਅਸਥਿਰ ਸਹਾਰਾ ਮਿਲ ਜਾਂਦਾ, ਸੱਚੇ ਰੰਗ 'ਚ ਮਨ ਜੁੜਦਾ ਹੈ। ਜਨਮ ਮਰਨ ਬਹੁਰ ਨਹੀਂ ਪੀਠੇ, ਪੀਠੇ ਦਾ ਮਤਲਬ ਪੀਣਾ, ਪੀਸਣਾ ਕਿਸੇ ਚੀਜ਼ ਨੂੰ। ਕਹਿੰਦੇ ਹੁਣ ਸਾਡਾ ਹਾਲ ਜਨਮ ਮਰਨ ਦੇ ਵਿੱਚ ਪੀਣ ਵਾਲਾ ਨਹੀਂ ਹੋਏਗਾ, ਪੀਸੇ ਨਹੀਂ ਜਾਵਾਂਗੇ, ਹੁਣ ਅਸੀਂ ਸੁਖੀ ਇੱਥੋਂ ਪ੍ਰਭੂ ਦੀ ਬਖਸ਼ਿਸ਼ ਪ੍ਰਾਪਤ ਕਰਕੇ ਜੋਤੀ ਜੋਤ ਰਲੀ ਸੰਪੂਰਨ ਥੀਆ, ਰਾਮ ਦੇ ਸੱਚ ਨੂੰ ਦ੍ਰਿੜ ਕਰਾਂਗੇ ਜੀ। ਬਿਨ ਹਰ ਭਜਨ ਰੰਗ ਰਸ ਜੇਤੇ, ਸੰਤ ਦਿਆਲ ਜਾਣੇ ਸਭ ਝੂਠੇ, ਨਾਮ ਰਤਨ ਪਾਇਓ ਜਨ ਨਾਨਕ, ਨਾਮ ਬਿਹੂਣ ਚਲੇ ਸਭ ਮੂਠੇ। ਜੇ ਸੌ ਵਰਿਆ ਮਿੱਠਾ ਖਾਜਾ ਪੀ ਫਿਰ ਕੌੜਾ ਖਾਏ, ਦੁਨੀਆਂ ਦੇ ਜਿੰਨੇ ਵੀ ਰਸ ਨੇ 100 ਸਾਲ ਵੀ ਜੇ ਮਿੱਠੇ ਖਾ ਲਏ ਜਾਣ, ਨਾ ਮਿੱਠੇ ਕਰਕੇ ਖਾ ਲਏ ਜਾਣ, ਕਹਿੰਦੇ ਉਹ ਫਿਰ ਕੌੜੀ ਪ੍ਰਤੀਤ ਹੁੰਦੇ ਆ ਸਾਰੇ, ਫਿਰ ਕੁੜੱਤਨ ਮਹਿਸੂਸ, ਕਿਉਂਕਿ ਉਸ ਫਨਾ ਹੋਣ ਵਾਲੇ ਮੋਮੈਂਟਰੀ ਸੁੱਖਾਂ ਦੇ ਵਿੱਚੋਂ ਅੰਤ ਦੁੱਖ ਹੀ ਮਿਲਦਾ ਹੈ। ਇਸ ਕਰਕੇ ਬਿਨ ਹਰ ਭਜਨ ਰੰਗ ਰਸ ਜੇਤੇ, ਸੰਤ ਦਿਆਲ ਜਾਣੇ ਸਭ ਝੂਠੇ, ਇਹ ਸਭ ਝੂਠੇ ਪ੍ਰਤੀਤ ਹੋਏ ਗੁਰੂ ਸੰਤ ਦੀ ਕਿਰਪਾ ਨਾਲ। ਨਾਮ ਰਤਨ ਪਾਇਓ ਜਨ ਨਾਨਕ, ਨਾਮ ਬਿਹੂਨ ਚਲੇ ਸਭ ਮੂਠੇ। ਕਹਿੰਦੇ ਜਿਹਨੇ ਨਾਮ ਦਾ ਰਤਨ ਪਾਲਿਆ ਉਹਨੂੰ ਸ਼ਾਬਾਸ਼ ਆਖਿਆ ਮਹਾਰਾਜ ਜੀ ਨੇ, ਉਹਨੂੰ ਆਖਿਆ ਤੇਰੇ ਉੱਤੇ ਪ੍ਰਭੂ ਦੀ ਕਿਰਪਾ। ਅਸੀਂ ਜੈਤ ਸ੍ਰੀ ਰਾਗ ਦਾ ਪਹਿਲਾ ਸ਼ਬਦ ਪੜਿਆ ਗੁਰੂ ਰਾਮਦਾਸ ਜੀ ਦਾ, ਮੇਰਾ ਹੀ ਅਰੈ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰਾ ਮੱਥਾ, ਇਹ ਸ਼ਾਬਾਸ਼ੀ ਹੈ ਜੀ, ਗੁਰੂ ਨੇ ਸ਼ਾਬਾਸ਼ ਦਿੱਤੀ ਹੈ। ਇਸੀ ਕਰਕੇ ਕਿ ਤੁਸੀਂ ਸਭ ਕੁਛ ਮੇਰੇ ਹੋ, ਤੂੰ ਗੁਰ ਪਿਤਾ, ਤੂੰ ਹੈ ਗੁਰ ਮਾਤਾ, ਤੂੰ ਗੁਰਬੰਧਪ ਮੇਰਾ ਸਖਾ ਸਹਾਏ। ਸਾਹਿਬ ਜੀ ਨੇ ਕਿਰਪਾ ਕੀਤੀ, ਜਿਨ੍ਹਾਂ ਨੇ ਨਾਮ ਜਪਿਆ ਉਹਨਾਂ ਨੂੰ ਨਾਮ ਦਾ ਰਤਨ ਮਿਲਿਆ, ਜਿਹਨੂੰ ਨਹੀਂ ਮਿਲਿਆ ਉਹ ਠੱਗੇ ਗਏ ਨੇ। ਇਹਨੂੰ ਕਿਹਾ ਨਾਮ ਬਿਹੂਨ ਚਲੇ ਸਭ ਮੂਠੇ, ਮੁੱਠੇ ਜਾਣਾ, ਠੱਗੇ ਜਾਣਾ, ਇੱਥੋਂ ਨਾਮ ਰਤਨ ਦੀ ਪ੍ਰਾਪਤੀ ਨਾ ਹੋਣੀ ਬਹੁਤ ਦੁੱਖਾਂ ਦਾ ਇਹ ਜੀਵਨ ਹੈ ਜੀ। ਤੁਹਾਡੀ ਮਹਿਲਾ ਪੰਜਵਾ, ਸਾਧ ਸੰਗ ਹਰ ਹਰ ਨਾਮ ਚਿਤਾਰਾ, ਸਹਿਜ ਆਨੰਦ ਹੋਵੇ ਦਿਨ ਰਾਤੀ, ਅੰਕੁਰ ਭਲੋ ਹਮਾਰਾ ਰਹਾਓ। ਜਿਹੜਾ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਪਹਿਲਾ ਸ਼ਬਦ ਸ੍ਰੀ ਰਾਗ ਦਾ ਕਹਿੰਦੇ ਨੇ ਨਾ,
ਉਹ ਇਸ ਲਈ ਕਹਿੰਦੇ ਆ ਕਿ ਭਾਈ ਸੰਗਤ ਨਾ ਛੱਡੋ, ਭਾਵੇਂ ਨਾਮ ਜਪਿਆ ਜਾਏ ਨਾ ਜਪਿਆ ਜਾਏ, ਮਨ ਟਿਕੇ ਨਾ ਟਿਕੇ, ਭਾਵੇਂ ਮਨ ਕਰੇ ਨਾ ਕਰੇ ਆਉਣ ਦਾ, ਤਾਂ ਵੀ ਸਾਧ ਸੰਗਤ ਕਰੋ, ਸੰਗਤ 'ਚ ਆਓ, ਕਿਉਂਕਿ ਮਤ ਦੇਖ ਭੂਲਾਂ ਵਿਸਰੈ ਤੇਰਾ ਚਿੱਤ ਨਾ ਆਵੇ ਨਾ। ਜੇ ਭੁੱਲ ਗਿਆ ਤਾਂ ਚੇਤਾ ਆ ਜਾਏਗਾ ਸੰਗਤ 'ਚ ਆ ਕੇ, ਜੇ ਭੁੱਲਣ ਤੋਂ ਬਾਅਦ ਵਿਸਰ ਗਿਆ ਤਾਂ ਫਿਰ ਤਾਂ ਬੀਜ ਹੀ ਨਾਸ਼ ਹੋ ਜਾਏਗਾ, ਫਿਰ ਕੋਈ ਚੇਤਾ ਨਹੀਂ ਕਰਾ ਸਕਦਾ, ਫਿਰ ਕੋਈ ਬਿੱਧ ਨਹੀਂ ਹੈ। ਸੰਗਤ ਹੀ ਇਹ ਰਸਤਾ ਹੈ, ਸੰਗਤ ਹੀ ਇਹ ਆਸਰਾ ਹੈ ਜਿਹਦੇ ਵਿੱਚ ਭੁੱਲੇ ਹੋਏ ਨੂੰ, ਕਿਉਂਕਿ ਭੁੱਲੇ ਮਾਰਗ ਜਿਨ੍ਹਾਂ ਬਤਾਇਆ ਐਸਾ ਗੁਰ, ਭੁੱਲਿਆ ਹੋਇਆ ਤਾਂ ਗੁਰੂ ਮਾਰਗ ਦੱਸ ਦੇਗਾ, ਪਰ ਜੇ ਵਿਸਰ ਗਿਆ ਤੇਰਾ ਚਿੱਤ ਨਾ ਆਵੇ ਨਾ। ਹਰ ਬਿਨ ਜੀਓ ਜਲ ਬਲ ਜਾਓ, ਮੈਂ ਆਪਣਾ ਗੁਰ ਪੂਛ ਦੇਖਿਆ ਅਵਰ ਨਾ ਹੀ ਥਾਉ। ਕਿਹੜਾ ਥਾਂ ਨਹੀਂ ਹੈ? ਇੱਕ ਉੱਤਮ ਪੰਥ ਸੁਣਿਓ ਆ ਵਾਲਾ, ਇਸ ਤੋਂ ਬਿਨਾਂ ਦੂਜਾ ਕੋਈ ਥਾਂ ਨਹੀਂ ਹੈ। ਇੱਕੋ ਹੀ ਪੰਥ ਹੈ ਜਿੱਥੇ ਮਨ ਕਰੋੜਾਂ ਜਨਮਾਂ ਦੀ ਮੈਲ ਵੀ ਲੈ ਕੇ ਆਏ ਨਾ, ਮਹਾਰਾਜ ਜੀ ਦਾ ਬਿਰਧ ਐਸਾ ਹੈ, ਸਤਿਗੁਰੂ ਜੀ ਫਿਰ ਉਹਨੂੰ ਸ਼ਾਂਤੀ ਬਖਸ਼ ਦਿੰਦੇ ਆ। ਸਾਨੂੰ ਕਿਵੇਂ ਪਤਾ ਲੱਗੇ ਕਿ ਸਤਿਗੁਰੂ ਜੀ ਨੇ ਸਾਨੂੰ ਬਖਸ਼ ਦਿੱਤਾ, ਸਾਡੇ 'ਤੇ ਤਰੁੱਠੇ ਗਏ? ਜਿਸ ਦਿਨ ਮਨ ਆ ਕੇ ਸੰਗਤ 'ਚ ਅਡੋਲ ਟਿਕਣ ਲੱਗ ਗਿਆ ਨਾ, ਐਨ ਸ਼ਾਂਤ ਆਉਣ ਲੱਗ ਗਿਆ, ਬਸ ਸਮਝੋ ਸਤਿਗੁਰੂ ਜੀ ਨੇ ਆਪ ਲਈ ਲੜ ਲਾਏ, ਦਰ ਦਰਵੇਸ਼ ਸੇ ਪ੍ਰਭੂ ਨੇ ਲੜ ਲਾ ਲਿਆ, ਬਸ ਪ੍ਰਭੂ ਤਰੁੱਟ ਗਏ ਹੈ। ਇਹੀ ਸ਼ਬਦ ਹੈ, ਇਸ ਲੜੀ ਦਾ ਸ਼ਬਦ ਹੈ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਟੋਡੀ ਮਹੱਲਾ ਪੰਜਵਾਂ, ਸਾਧ ਸੰਗ ਹਰ ਹਰ ਨਾਮ ਚਿਤਾਰਾ। ਇਸ ਕਰਕੇ ਸਿਮਰ ਮਨਾ ਰਾਮ ਨਾਮ ਚਿਤਾਰੇ, ਵਸ ਰਹੇ ਹਿਰਦੇ ਗੁਰ ਚਰਨ ਪਿਆਰੇ। ਚਿਤਾਰ ਪ੍ਰਭੂ ਦਾ ਨਾਮ, ਚਿੰਤਾ ਨਹੀਂ ਚਿੰਤਨ। ਜਿੱਥੇ ਚਿੰਤਾ ਹੈ ਉੱਥੇ ਸੰਗਤ 'ਚ ਆ ਕੇ ਚਿਤਾਰਾ ਚਿੰਤਨ ਕਰੋ, ਸਹਿਜ ਆਨੰਦ ਹੋਵੇ ਦਿਨ ਰਾਤੀ, ਅੰਕੁਰ ਭਲੋ ਹਮਾਰਾ। ਸਹਿਜ ਆਨੰਦ ਵੀ ਮਿਲੇਗਾ, ਜਿਹੜਾ ਅੰਦਰ ਦਾ ਬੀਜ ਹੈ ਨਾ ਅਤੇ ਪੁਰਬਲੇ ਜਨਮਾਂ ਦਾ ਅੰਕੁਰ ਹੈ, ਉਹ ਨਾਸ਼ ਨਹੀਂ ਹੋਏਗਾ, ਵਿਸਰ ਨਹੀਂ ਜਾਵਾਂਗੇ, ਉਹ ਅੰਕੁਰ ਵੀ ਪ੍ਰਗਟ ਹੋ ਜਾਏਗਾ। ਇਹਨੂੰ ਕਿਹਾ ਪੂਰਵ ਕਰਮ ਅੰਕੁਰ ਜਬ ਪ੍ਰਗਟ ਹੈ, ਭੇਖਿਓ ਪੁਰਖ ਰਸਿਕ ਬੈਰਾਗੀ। ਉਹ ਰਸ ਭਰਪੂਰ ਪ੍ਰਭੂ ਦੇ ਦਰਸ਼ਨ ਤਾਂ ਹੋਣਗੇ, ਪਿਛਲੇ ਕੀਤੇ ਹੋਏ ਬੰਦਗੀ ਦੇ ਕਰਮ ਵੀ ਪ੍ਰਗਟ ਹੋਣਗੇ। ਜੀ ਰਹਾਓ ਗੁਰਪੂਰਾ ਭੇਟੇ ਹੋ ਬੜ ਭਾਗੀ, ਜਾ ਕੋ ਅੰਤ ਨਾ ਪਾਰਾ ਵਾਰਾ, ਕਰ ਗਏ ਕਾਢ ਲਿਓ ਜਨ ਆਪਣਾ, ਬਿਖ ਸਾਗਰ ਸੰਸਾਰ। ਗੁਰਪੂਰਾ ਭੇਟਿਓ ਬਡਭਾਗੀ, ਮਨੈ ਭਇਆ ਪ੍ਰਗਾਸਾ, ਕੋਈ ਨਾ ਪਹੁੰਚਣ ਹਾਰਾ, ਦੂਜਾ ਆਪਣੇ ਸਾਹਿਬ ਕਾ ਪ੍ਰਵਾਸਾ। ਪ੍ਰਭੂ ਦਾ ਤਰਵਾਸ ਪ੍ਰਵਾਸ ਚੇਤਾ ਆਸਰਾ ਹੈ। ਗੁਰਪੂਰਾ ਭੇਟਿਓ ਬਡਭਾਗੀ, ਜਾ ਕੋ ਅੰਤ ਨਾ ਪਾਰਾ ਵਾਰ, ਕਿਨਹੀ ਤੇਰਾ ਅੰਤ ਨਾ ਪਾਇਆ। ਉੱਚੇ ਅਪਾਰ ਬੇਅੰਤ ਸਵਾਮੀ ਕੌਣ ਜਾਣੇ, ਗੁਣ ਤੇਰੇ ਕੋਈ ਨਹੀਂ ਜਾਣ ਸਕਦਾ। ਪ੍ਰਭੂ ਜੀ ਤੇਰੇ ਕਮਣ ਕਮਣ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਬਰਨ ਨਾ ਸਾਕੂੰ, ਤੂੰ ਠਾਕੁਰ ਊਚ ਭਗਵਾਨਾ। ਇਸ ਕਰਕੇ ਕੁਦਰਤ ਕਵਣ ਕਹਾਂ ਵਿਚਾਰ, ਵਾਰੇ ਨਾ ਜਾਵਾਂ ਏਕ ਵਾਰ, ਇੱਕ ਵਾਰ ਵੀ ਤੁਹਾਡੇ ਤੋਂ ਅਸੀਂ ਬਲਹਾਰ ਨਹੀਂ ਜਾ ਸਕਦੇ। ਪਰ ਇਹਦਾ ਇਹ ਮਤਲਬ ਨਹੀਂ ਫਿਰ ਬਲਹਾਰ ਨਾ ਜਾਈਏ, ਜਾਈਏ ਤਾਂ ਵੀ ਅੰਤ ਨਾ ਪਾਰਾ ਵਾਰ। ਕਰ ਗਹਿ ਕਾਢ ਲਿਓ ਜਨ ਆਪਣਾ, ਬਿਖ ਸਾਗਰ ਸੰਸਾਰਾ। ਕਰ ਗਏ ਕਰ ਕਹਿੰਦੇ ਬਾਂਹ ਪਕੜ ਕੇ, ਹੱਥ ਫੜ ਕੇ, ਕਿਉਂਕਿ ਇਸ ਧਰਤੀ 'ਤੇ ਇੱਕੋ ਇੱਕ ਦਸਤਗੀਰ ਹੈ, ਉਹ ਹੈ ਪ੍ਰਭੂ। ਕਮਾਲ ਏ ਕਰਾਮਾਤ ਕਾਇਮ ਕਰੀਮ, ਰਜ਼ਾ ਬਖਸ਼ ਰਾਜ਼ਕ ਰਹਾਕੁਨ ਰਹੀਮ, ਅਮਾ ਬਖਸ਼ ਬਖਸ਼ਿੰਦੇ। ਉਹ ਦਸਤਗੀਰ, ਉਹ ਸ਼ਬਦ ਹੀ ਦਸਤਗੀਰ ਹੈ। ਜਿੱਥੇ ਮਨ ਭਟਕੇਗਾ ਸ਼ਬਦ ਚੇਤਾ ਹੋਏਗਾ, ਬਾਣੀ ਚੇਤੇ ਹੋਏਗੀ, ਉਸ ਡੁੱਬਦੇ ਮਨ ਨੂੰ, ਉਸ ਡੋਲਦੇ ਮਨ ਨੂੰ ਸ਼ਬਦ ਫੜ ਕੇ ਬਾਹਰ ਲਿਆਏਗਾ। ਇਸ ਕਰਕੇ ਕਰ ਗਏ ਹੈ ਕਾਢ ਲਿਓ ਜਨ ਆਪਣਾ, ਬਿਖ ਸਾਗਰ ਸੰਸਾਰਾ। ਇਸ ਬਿਖ ਸਾਗਰ ਤੋਂ ਪ੍ਰਭੂ ਜੀ ਕੱਢ ਲੈਂਦੇ ਨੇ ਜੀ। ਜਨਮ ਮਰਨ ਕਾਟੇ ਗੁਰ ਬਚਨੀ, ਬਾਹੁਣ ਨਾ ਸੰਕਟ ਦੁਆਰਾ, ਨਾਨਕ ਸ਼ਰਣ ਗਈ ਸਵਾਮੀ ਕੀ, ਪੁਨਾ ਪੁਨਾ ਨਮਸਕਾਰਾ। ਇਸ ਕਰਕੇ ਬਾਬਾ ਬਿਖ ਦੇਖਿਆ ਸੰਸਾਰ ਰੱਖਿਆ ਕਰੋ ਗੁਸਾਈ ਮੇਰੇ, ਮੈਂ ਨਾਮ ਤੇਰਾ ਆਧਾਰ ਰੱਖਿਆ ਕਰੋ, ਰੱਖਿਆ ਕਰੋ ਪ੍ਰਭੂ ਜੀ, ਰੱਖਿਆ ਕਰੋ ਗੁਸਾਈ ਮੇਰੇ, ਤੁਸੀਂ ਧਰਤੀ ਦੇ ਪ੍ਰਤਪਾਲਕ ਹੋ, ਸਾਡੀ ਵੀ ਰੱਖਿਆ ਕਰੋ। ਜਨਮ ਮਰਨ ਕਾਟੇ ਗੁਰ ਬਚਨੀ, ਬਹੁੜ ਨਾ ਸੰਕਟ ਦੁਆਰ, ਸੰਕਟ ਨਾ ਆਏ, ਫਿਰ ਸਾਨੂੰ ਰੁਕਾਵਟ ਨਾ ਆਏ, ਕੋਈ ਵੀ ਦੁੱਖ ਨਾ ਆਏ। ਪ੍ਰਭੂ ਜੀ ਅਸੀਂ ਇਹੀ ਅਰਦਾਸਾਂ ਕਰਦੇ ਹਾਂ, ਨਹੀਂ ਆਉਣਾ ਚਾਹੀਦਾ ਦੁੱਖ ਕਿਸੇ ਵੀ ਜ਼ਿੰਦਗੀ 'ਚ। ਜਿਹੜਾ ਸਿਮਰਨ ਕਰਦਾ ਉਹਦੀ ਜ਼ਿੰਦਗੀ 'ਚ ਤਾਂ ਬਿਲਕੁਲ ਨਹੀਂ ਆਏ, ਜਿਹੜਾ ਨਾ ਵੀ ਕਰੇ ਉਹਦੀ ਵੀ ਜ਼ਿੰਦਗੀ 'ਚ ਕੋਈ ਦੁੱਖ ਨਾ ਆਏ, ਸਾਰਿਆਂ ਦੇ ਸੰਕਟ ਕੱਟੋ ਪ੍ਰਭੂ ਜੀ। ਨਾਨਕ ਸ਼ਰਨ ਗਹੀ ਸਵਾਮੀ ਕੀ, ਪੁਨਃ ਪੁਨਃ ਨਮਸਕਾਰ। ਜਿਹਨੇ ਪ੍ਰਭੂ ਦੀ ਸ਼ਰਨ ਪੱਲਾ ਫੜਿਆ,
ਉਹ ਪ੍ਰਭੂ ਤੋਂ ਬਾਰੰਬਾਰ ਬਲਹਾਰ ਨਮਸਕਾਰ ਨਮਹੋ 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 ਜਾਂਦਾ ਬਲਹਾਰ ਜਾਂਦਾ ਕਿਉਂਕਿ ਉਹਨੂੰ ਪਤਾ ਚੋਜੀ ਮੇਰੇ ਗੋਬਿੰਦਾ ਚੋਜੀ ਮੇਰੇ ਪਿਆਰਾ ਹਰ ਪ੍ਰਭ ਮੇਰਾ ਚੋਜੀ ਜੀ ਉਹ ਇੰਨੇ ਚੋਜ ਵਰਤਾਉਂਦਾ ਉਸ ਚੋਜ ਦੇ ਅੱਗੇ ਕੋਈ ਸਿਆਣਪ ਨਹੀਂ ਬਸ ਹੱਥ ਜੋੜ ਕੇ ਤੇ ਸਿਰ ਝੁਕਦਾ ਨਮਸਕਾਰ ਹੀ ਹੁੰਦੀ ਹੈ ਜੀ ਆਦੇਸ਼ ਤੇ ਸਹਿ ਆਦੇਸ਼ ਉਹਦੇ ਅੱਗੇ ਆਦੇਸ਼ ਹੈ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਉਹ ਇੱਕੋ ਹੀ ਹੈ ਜੀ ਤੁਹਾਡੀ ਮਹਿਲਾ ਪੰਜਵਾ ਮਾਈ ਮੇਰੇ ਮਨ ਕੋ ਸੁਖ ਕੋਟ ਆਨੰਦ ਰਾਜ ਸੁਖ ਭੁਗਵੈ ਹਰ ਸਿਮਰਤ ਬਿਨ ਸਹਿ ਸਭ ਦੁੱਖ ਰਾਉ ਕਿੰਨੀ ਅਹਿਮੀਅਤ ਹੈ ਇੱਕ ਮਾਂ ਦੀ ਜ਼ਿੰਦਗੀ 'ਚ ਇਹ ਤੀਜੇ ਸ਼ਬਦ ਤੋਂ ਪਤਾ ਲੱਗਦਾ ਬਾਰੰਬਾਰ ਸਤਿਗੁਰੂ ਜੀ ਮਾਂ ਨੂੰ ਚੇਤੇ ਕਰਦੇ ਆ ਅਤੇ ਮਾਂ ਦੀ ਅਸੀਸ ਵੀ ਤਾਂ ਵੱਡੀ ਹੈ ਮਾਂ ਨੇ ਅਸੀਸ ਇਹ ਵੀ ਤਾਂ ਦਿੱਤੀ ਗੁਰੂ ਅਰਜਨ ਸਾਹਿਬ ਜੀ ਨੂੰ ਪੁੱਤਾਂ ਮਾਤਾ ਕੀ ਆਸੀਸ ਦੁਨੀਆ ਦੀ ਮਾਵਾਂ ਕੁਛ ਦਿੰਦੀਆਂ ਨੇ ਕਈ ਹੋਰ ਦੁੱਧਾਂ ਪੁੱਤਾਂ ਦੀਆਂ ਅਸੀਸਾਂ ਦਿੰਦੀਆਂ ਅਤੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਮਾਤਾ ਕਹਿੰਦੀ ਹੈ ਨਿਮਖ ਨਾ ਵਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼ ਪ੍ਰਭੂ ਨਾ ਵਿਸਰ ਜੈ ਇਸ ਰੂਪ ਦੇ ਵਿੱਚ ਭਵਰ ਤੁਮਾਰਾ ਇਹ ਮਨ ਹੋਵੋ ਹਰ ਚਰਨਾ ਹੋ ਕੌਲਾ ਕਹਿੰਦੇ ਪ੍ਰਭੂ ਚਰਨ ਕਮਲ ਦਾ ਉਸ ਸੋਮਾ ਤੁਹਾਨੂੰ ਨਜ਼ਰ ਆਏ ਸਮਝ ਆਏ ਅਤੇ ਤੁਹਾਡਾ ਮਨ ਭਵਰੇ ਦੀ ਤਰ੍ਹਾਂ ਉਸ ਚਰਨ ਕਮਲ ਦੇ ਕਮਲ ਦੇ ਰਸ ਨੂੰ ਮਾਣੇ ਔਰ ਇਸ ਰੂਪ 'ਚ ਰੰਗ ਤਮਾਸ਼ਾ ਪੂਰਨ ਆਸਾ ਕਬਹਿ ਨਾ ਵਿਆਪੈ ਚਿੰਤਾ ਹਰ ਤਰ੍ਹਾਂ ਦਾ ਰੰਗ ਮਾਣੋ ਤੁਸੀਂ ਜ਼ਿੰਦਗੀ ਦਾ ਹਰ ਤਰ੍ਹਾਂ ਦਾ ਜਿੱਥੇ ਬੰਦਗੀ ਦਾ ਰੰਗ ਹੈ ਉੱਥੇ ਦੁਨੀਆ ਦੇ ਵੀ ਰੰਗ ਨੇ ਅਤੇ ਕਦੀ ਵੀ ਚਿੰਤਾ ਨਾ ਵਿਆਪੇ ਇਸ ਕਰਕੇ ਟੋਡੀ ਮਹੱਲਾ ਪੰਜਵਾਂ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਮਾਈ ਮੇਰੇ ਮਨ ਕੋ ਸੁਖ ਮੇਰੇ ਮਨ ਅੰਦਰ ਆਨੰਦ ਅਤੇ ਗੁਰੂ ਅਮਰਦਾਸ ਜੀ ਵੀ ਕਹਿੰਦੇ ਆਨੰਦ ਪਿਆ ਮੇਰੀ ਮਾਈ ਮੇਰੀ ਮਾਂ ਮੈਨੂੰ ਆਨੰਦ ਮਿਲਿਆ ਮਾਈ ਮੇਰੇ ਮਨ ਕੋ ਸੁਖ ਕੋਟ ਆਨੰਦ ਰਾਜ ਸੁਖ ਭੁਗਵੈ ਹਰ ਇੱਕ ਜੀ ਨੂੰ ਹਰ ਇੱਕ ਜੰਤ ਭਗਤ ਦਾਸ ਸੇਵਕ ਉਸ ਪ੍ਰਭੂ ਦਾ ਕੋਈ ਵੀ ਗੋਲਾ ਹੈ ਜੇ ਉਹ ਪ੍ਰਭੂ ਨੂੰ ਚੇਤੇ ਕਰਦਾ ਕਰੋੜਾਂ ਆਨੰਦ ਰਾਜ ਦੇ ਸੁੱਖ ਉਹ ਭੋਗਦਾ ਹਰ ਸਿਮਰਤ ਬਿਨਸੈ ਸਭ ਦੁੱਖ ਉਹਦੇ ਦੁੱਖ ਦੂਰ ਹੁੰਦੇ ਨੇ ਜੀ ਰਹਾਉ ਕੋਟ ਜਨਮ ਕੇ ਕਿਲ ਬਿਖ ਨਾਸ ਹੈ ਸਿਮਰਤ ਪਾਵਨ ਤਨ ਮਨ ਸੁਖ ਦੇਖ ਸਰੂਪ ਪੂਰਨ ਪਈ ਆਸਾ ਦਰਸ਼ਨ ਪੇਟਤ ਉਤਰੀ ਭੁੱਖ ਕੋਟ ਜਨਮ ਕੇ ਕਿਲ ਬਿਖ ਨਾਸ ਹੈ ਸਿਮਰਤ ਪਾਵਨ ਤਨ ਮਨ ਸੁਖ ਕਰੋੜਾਂ ਹੀ ਜਨਮਾਂ ਦੇ ਕਿਲਵਿਕ ਪਾਪ ਨਾਸ਼ ਹੋ ਜਾਂਦੇ ਹੈ ਪ੍ਰਭੂ ਨੂੰ ਚੇਤੇ ਕੀਤਿਆਂ ਚਿੰਤਨ ਦੇ ਵਿੱਚ ਲਿਆਇਆ ਸਿਮਰਤ ਪਾਵਨ ਤਨ ਮਨ ਸੁਖ ਤਨ ਅਤੇ ਮਨ 'ਚ ਸੁੱਖ ਹੁੰਦਾ ਦੇਖ ਸਰੂਪ ਹੁਣ ਇਹ ਸਰੂਪ ਕਿਹੜਾ ਇਹ ਸਰੂਪ ਹੈ ਜਿਹੜਾ ਅਸੀਂ ਅਰਦਾਸ ਦੇ ਵਿੱਚ ਪੜ੍ਹਦੇ ਹਾਂ ਜਿਹੜਾ ਪੜ੍ਹਦੇ ਹਾਂ ਸ੍ਰੀ ਹਰਿਕ੍ਰਿਸ਼ਨ ਧਿਆਈ ਹੈ ਜਿਸ ਹੁਣ ਇਹ ਜਿਹੜਾ ਡਿੱਠਣਾ ਹੈ ਨਾ ਇਹ ਬਾਹਰ ਵਾਲਾ ਨਹੀਂ ਹੈ ਡਿੱਠੇ ਦਾ ਮਤਲਬ ਅੰਦਰ ਦੇ ਮਨ ਤੋਂ ਡਿੱਠਣਾ ਅੰਦਰ ਦੇ ਮਨ ਤੋਂ ਚੇਤੇ ਕਰਨਾ ਤੇਗ ਬਹਾਦਰ ਸਿਮਰਿਆ ਘਰ ਨੌ ਨਿਧਿਆ ਵੈ ਤਾਏ ਇਹ ਸਿਮਰਨਾ ਇਹ ਡਿੱਠਣਾ ਇਹ ਦੇਖ ਸਰੂਪ ਹੈ ਅੰਦਰੋਂ ਐਨ ਧਿਆਨ ਨਾਲ ਜਿਹੜਾ ਅੰਦਰ ਦੇ ਨੇਤਰਾਂ ਨਾਲ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੂੰ ਚੇਤੇ ਕਰਦਾ ਡਿੱਠਦਾ ਸਤਿਗੁਰੂ ਜੀ ਕਹਿੰਦੇ ਪੂਰਨ ਭਈ ਆਸਾ ਉਹਦੀ ਸਾਰੀਆਂ ਆਸਾਵਾਂ ਪੂਰਨ ਹੁੰਦੀਆਂ ਦਰਸ਼ਨ ਭੇਟਤ ਉਤਰੀ ਭੁੱਖ ਉਹਦੇ ਅੰਦਰੋਂ ਸਾਰੀਆਂ ਭੁੱਖਾਂ ਦਾ ਨਾਸ਼ ਹੁੰਦਾ ਹੈ ਜੀ ਚਾਰ ਪਦਾਰਥ ਅਸ਼ਟ ਮਹਾ ਸਿੱਧ ਕਾਮ ਤੇਨ ਪਾਰ ਜਾਤ ਹਰ ਹਰ ਰੁੱਖ ਨਾਨਕ ਸ਼ਰਨ ਗਈ ਸੁਖ ਸਾਗਰ ਜਨਮ ਮਰਨ ਫਿਰ ਗਰਭ ਨਾ ਦੁੱਖ ਇੱਕ ਮਿੰਟ ਆਪ ਸੰਗਤਾਂ ਦਾ ਸਤੁਕ ਤੇ ਲਾਂਗਾ ਚਾਰ ਪਦਾਰਥ ਚਾਰ ਹੈਗੇ ਜੀ ਧਰਮ ਅਰਥ ਕਾਮ ਮੋਕਸ਼ ਅਸ਼ਟ ਮਹਾਸਿੱਧ ਅੱਠ ਮਹਾਸਿੱਧੀਆਂ ਨੇ ਅਣੀਮਾ ਮਹਿਮਾ ਗਰੀਮਾ ਪ੍ਰਕਰੀਮਾ ਚਿੰਤਨ ਚਿਤਵਨ ਕਿਸੇ ਦੇ ਅੰਦਰ ਵੜ ਕੇ ਉਹਦੇ ਖਿਆ ਉਹਦੇ ਵਿੱਚ ਆਪਣੇ ਖਿਆਲ ਪਾ ਦੇਣਾ ਸੁਪਨੇ 'ਚ ਜਾ ਕੇ ਆਪਣਾ ਮੈਸੇਜ ਕਨਵੇ ਕਰ ਇਹ ਸਾਰੇ ਅਸ਼ਟ ਮਹਾਸਿੱਧੀਆਂ ਨੇ ਛੋਟੇ ਤੋਂ ਛੋਟੇ ਹੋ ਜਾਣਾ ਵੱਡੇ ਤੋਂ ਵੱਡੇ ਹੋ ਜਾਣਾ ਇਹਦਾ ਵੀ ਜ਼ਿਕਰ ਕੀਤਾ ਜੀ ਹੈ ਇਹ ਸਿੱਧੀ ਸਿੱਧੀਆਂ ਤੋਂ ਭਾਵ ਸਿੱਧ ਯੋਗ ਯਤਨ ਦੀਆਂ ਇਹ ਬਾਰੰਬਾਰ ਅਸੀਂ ਬਾਣੀ 'ਚ ਪੜਾਂਗੇ ਅੱਗੇ ਵੀ ਬਹੁਤ ਵਾਰੀ ਜ਼ਿਕਰ ਆਇਆ ਚਾਰ ਪਦਾਰਥ ਅਸ਼ਟ ਮਹਾਸਿੱਧ ਕਾਮ ਧੇਨ ਪਾਰ ਜਾਤ ਹਰ ਹਰ ਰੁੱਖ ਮਹਾਰਾਜ ਕਹਿੰਦੇ ਤੂੰ ਉਸ ਪ੍ਰਭੂ ਦਾ ਚੇਤਾ ਕਰ ਇਹ ਮੰਨਿਆ ਜਾਂਦਾ ਜੀ ਕਾਮ ਧੇਨ ਇੱਕ ਗਾਂ ਸਵਰਗਾਂ ਦੀ ਜਿਹਨੂੰ ਮਿਲ ਜਾਏ ਸਭ ਕੁਛ ਮਿਲ ਜਾਂਦਾ
ਅਤੇ ਇੱਕ ਸਵਰਗ ਦਾ ਰੁੱਖ ਹੈ ਬ੍ਰਹਮਾ ਦਾ, ਉਹਨੂੰ ਕਹਿੰਦੇ ਜੀ ਪਾਰਜਾਤ ਰੁੱਖ। ਇਹ ਦੋ ਰੁੱਖ ਕਹਿੰਦੇ ਇਹ ਕਾਮ ਧੇਨ ਗਾਂ ਜਿਹਨੂੰ ਮਿਲ ਜੇ ਸਭ ਮਿਲ ਜਾਂਦਾ, ਪਾਰਜਾਤ ਦਾ ਰੁੱਖ ਦਾ ਫਲ ਜਿਹੜਾ ਉਹ ਸਾਰੇ ਫਲਾਂ ਦੀ ਪ੍ਰਾਪਤੀ ਕਰਾਉਂਦਾ। ਮਹਾਰਾਜ ਕਹਿੰਦੇ ਇਹ ਸਾਰੀਆਂ ਗੱਲਾਂ ਮੈਨੂੰ ਨਹੀਂ ਪਤਾ ਕਿੱਥੇ ਹੈ ਕਿੱਥੇ ਨਹੀਂ ਹੈ, ਸਿੱਧੇ ਰੂਪ ਦੇ ਵਿੱਚ ਮੈਨੂੰ ਪਤਾ ਪ੍ਰਭੂ ਦਾ ਨਾਮ ਹੀ ਕਾਮ ਧੇਨ ਹੈ ਅਤੇ ਪਾਰਜਾਤ ਹੈ। ਤੇਰੇ ਮਨ ਦੇ ਵਿੱਚ ਇਹ ਕਾਮ ਧੇਨ ਅਤੇ ਪਾਰਜਾਤ ਪ੍ਰਗਟ ਹੋ ਜਾਏਗਾ, ਜੋ ਤੂੰ ਚਾਹੁੰਦਾ ਉਹ ਤੂੰ ਸਫਲ ਕਰ ਸਕਦਾ, ਉਹ ਤੂੰ ਆਪਣੇ ਆਪ ਹੀ ਸਿੱਧ ਕਰ ਸਕਦਾ। ਹੁਣ ਕੋਈ ਚਮਤਕਾਰ ਨਹੀਂ ਵਰਤੇਗਾ ਕਿ ਕੋਈ ਮੇਰੇ ਚਮਤਕਾਰ ਵਰਤੇ, ਕੋਈ ਇਸ ਤਰ੍ਹਾਂ ਦਾ ਚਮਤਕਾਰ ਹੋਏ। ਦਿਸ ਬਾਡੀ ਇਟ ਸੈਲਫ ਇਜ਼ ਅ ਟ੍ਰੈਮੈਂਡਸ ਮਿਰੇਕਲ। ਆ ਸਰੀਰ ਦਾ ਬਣ ਜਾਣਾ ਆਪਣੇ ਆਪ ਦੇ ਵਿੱਚ ਸਭ ਤੋਂ ਵੱਡਾ ਚਮਤਕਾਰ ਹੈ। ਮਹਾਰਾਜ ਕਹਿੰਦੇ ਸਰੀਰ ਗੁਫਾ ਦੇ ਵਿੱਚ ਪ੍ਰਭੂ ਦਾ ਨਾਮ ਚੇਤੇ ਕਰ, ਇਹਦੇ ਅੰਦਰ ਹੀ ਸਾਰੀ ਸੰਭਾਵਨਾਵਾਂ ਪਈਆਂ, ਭਾਵੇਂ ਕਾਮ ਦੇਨ ਰੁੱਖ ਲਿਆ ਗਾਂ ਲਿਆ ਅਤੇ ਭਾਵੇਂ ਪਾਰਜਾਤ ਰੁੱਖ ਲਿਆ, ਜੋ ਚਾਹੁੰਦਾ ਉਹ ਤੂੰ ਆਪਣੀ ਯਤਨ ਆਪਣੀ ਸਮਰਥਾ ਆਪਣੇ ਮਨ ਨੂੰ ਸਾਧਣ ਨਾਲ, ਇਹ ਹੁੰਦਾ ਪ੍ਰਭੂ ਦੇ ਨਾਮ ਦੇ ਵਿੱਚ, ਇਹ ਹੁੰਦਾ ਪ੍ਰਭੂ ਦੇ ਚਰਨਾਂ ਦੇ ਵਿੱਚ ਰੁਲਦਾ ਪਿਆ ਹੋਇਆ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨਾਨਕ ਸ਼ਰਨ ਗਹੀ ਸੁੱਖ ਸਾਗਰ। ਸੁੱਖਾਂ ਦਾ ਖਜ਼ਾਨਾ ਹੈ ਪ੍ਰਭੂ ਦਾ ਨਾਮ, ਅਸੀਂ ਪ੍ਰਭੂ ਦੀ ਸ਼ਰਨ 'ਚ ਹੀ ਆਏ। ਜਨਮ ਮਰਨ ਫਿਰ ਗਰਭ ਨਾ ਧੁੱਖ, ਧੁੱਖ ਕਹਿੰਦੇ ਅੱਗ, ਕਹਿੰਦੇ ਹੁਣ ਫਿਰ ਮੁੜ ਮੁੜ ਕੇ ਇਹ ਗਰਭ ਦੀ ਅੱਗ ਦੇ ਵਿੱਚ ਧੁੱਖਣਾ ਨਹੀਂ ਪੈਂਦਾ ਜੀ। ਢੋਡੀ ਮਹਿਲਾ ਪੰਜਵਾਂ ਹਰ ਹਰ ਚਰਨ ਹਿਰਦੈ ਉਰ ਤਾਰੇ, ਸਿਮਰ ਸਵਾਮੀ ਸਤਿਗੁਰ ਆਪਣਾ ਕਾਰਜ ਸਫਲ ਹਮਾਰੇ ਰਹਾਉ। ਢੋਡੀ ਮਹੱਲਾ ਪੰਜਵਾਂ, ਇਸ ਲੜੀ ਦਾ ਇਹ ਆਖਰੀ ਸ਼ਬਦ ਹੈ, ਤੁਸੀਂ ਦੇਖੋਗੇ 30 ਪਿਆ ਹੋਇਆ ਥੱਲੇ, ਇਹਦਾ ਮਤਲਬ ਗੁਰੂ ਅਰਜਨ ਸਾਹਿਬ ਜੀ ਦੇ ਇਹ ਕੁੱਲ ਮਿਲਾ ਕੇ 30 ਸ਼ਬਦ ਹੋ ਗਏ ਜੀ। ਇਹਦੇ ਵਿੱਚ ਢੋਡੀ ਮਹੱਲਾ ਪੰਜਵਾਂ ਹਰ ਹਰ ਚਰਨ ਹਿਰਦੈ ਉਰਤਾਰੇ, ਪ੍ਰਭੂ ਦੇ ਚਰਨ ਕਮਲ ਹਿਰਦੇ 'ਚ ਧਿਆਓ। ਮੈਂ ਫਿਰ ਜ਼ਿਕਰ ਕਰਦਾ, ਇੱਕ ਸ਼ਬਦ ਜਿਹੜਾ ਗੁਰੂ ਰਾਮਦਾਸ ਜੀ ਦਾ ਅੱਗੇ ਪੜਿਆ ਉਹ ਵੱਖਰਾ ਜੀ, ਉਹ 30 ਦੀ ਗਿਣਤੀ 'ਚ ਨਹੀਂ ਹੈ। ਗਿਣੋਗੇ ਇਹ 30 ਸ਼ਬਦ ਸਿਰਫ ਔਰ ਸਿਰਫ ਗੁਰੂ ਅਰਜਨ ਸਾਹਿਬ ਜੀ ਦੇ ਨੇ, ਇਹ ਉਹਦਾ 30 ਲਿਖਿਆ ਹੋਇਆ। ਟੋਡੀ ਮਹੱਲਾ ਪੰਜਵਾਂ ਹਰ ਹਰ ਚਰਨ ਹਿਰਦੈ ਉਰਤਾਰੇ, ਪ੍ਰਭੂ ਦਾ ਨਾਮ ਹਿਰਦੇ ਦੇ ਵਿੱਚ ਜਦ ਵੱਸ ਜਾਏ, ਸਿਮਰ ਸਵਾਮੀ ਸਤਿਗੁਰ ਆਪਣਾ ਕਾਰਜ ਸਫਲ ਹਮਾਰੇ। ਫਿਰ ਪ੍ਰਭੂ ਦਾ ਸਿਮਰਨ ਹਰ ਹਰ ਕਾਰਜ 'ਚ ਹੁੰਦਾ, ਸੁੱਖ 'ਚ ਵੀ ਪ੍ਰਭੂ ਦਾ ਸਿਮਰਨ, ਦੁੱਖ 'ਚ ਵੀ ਪ੍ਰਭੂ ਦਾ ਸਿਮਰਨ। ਇਸ ਰੂਪ 'ਚ ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ। ਗੁਰੂ ਕਾ ਸਿੱਖ ਅਰਦਾਸ ਕਰਦਾ, ਪ੍ਰਭੂ ਉਸਦੀ ਮਸ਼ੱਕਤ ਨੂੰ ਉਹਦੀ ਮਿਹਨਤ ਨੂੰ ਫਲ ਲਾਉਂਦਾ ਅਤੇ ਉਸ ਭਗਤ ਦੇ ਸਤਿਗੁਰ ਤੁਮਰੇ ਕਾਜ ਸਵਾਰੇ, ਉਹਦੇ ਕਾਜ ਸਵਰਦੇ ਨੇ ਜੀ। ਰਹਾਉ ਪੁੰਨ ਦਾਨ ਪੂਜਾ ਪਰਮੇਸ਼ਰ ਹਰ ਕੀਰਤ ਤਤ ਵਿਚਾਰੇ, ਗੁਣ ਗਾਵਤ ਅਤੁਲ ਸੁਖ ਪਾਇਆ ਠਾਕੁਰ ਅਗਮੇ ਅਪਾਰੇ। ਸਾਰੇ ਪੁੰਨ ਸਾਰੇ ਦਾਨ ਸਾਰੀ ਤਰ੍ਹਾਂ ਦੀਆਂ ਪੂਜਾ, ਹਰ ਤਰ੍ਹਾਂ ਦੇ ਪਰਮੇਸ਼ਵਰ ਨੂੰ, ਸਾਰੇ ਦੇਵਤੇ ਮਨਾਉਣ ਦਾ ਵੀ ਜ਼ਿਕਰ ਆਉਂਦਾ ਜੀ ਵੇਦਾਂ ਦੇ ਵਿੱਚ, ਸਾਰੇ ਦੇਵਤੇ ਬਣਾ ਲਏ, ਸਭ ਨੂੰ ਵਾਰੀ ਵਾਰੀ ਕਰਕੇ ਮਨਾ ਲਿਆ। ਇਸ ਕਰਕੇ ਇਸ ਪ੍ਰਭੂ ਜੀ ਦਾ ਸਤਿਗੁਰੂ ਜੀ ਨੇ ਇੱਕੋ ਦੇ ਵਿੱਚ ਨਿਚੋੜ ਕੱਢ ਦਿੱਤਾ ਜੀ, ਕਿੱਥੇ ਸਾਰਿਆਂ ਨੂੰ ਮਨਾਉਣਾ ਅਤੇ ਕਿੱਥੇ ਇੱਕ ਨੂੰ ਮਨਾ ਲੈਣਾ। ਸਭੇ ਥੋਕ ਪ੍ਰਾਪਤੇ ਜੇ ਆਵੈ ਇੱਕ ਹੱਥ, ਇੱਕੋ ਹੀ ਆ ਜਾਏ ਬਸ, ਜਨਮ ਪਦਾਰਥ ਸਫਲ ਹੈ। ਕਹਿੰਦੇ ਇਹ ਜਨਮ ਹੀ ਸਫਲ ਹੋ ਜਾਏਗਾ ਜੇ ਸੱਚਾ ਅਕਥ, ਜਿਹੜਾ ਉਸ ਪ੍ਰਭੂ ਅਕਥ ਨੂੰ ਜਿਹੜਾ ਧਿਆਲੇ ਨਾ ਚੇਤੇ ਕਰ ਲਏ, ਪੁੰਨ ਦਾਨ ਪੂਜਾ ਪਰਮੇਸ਼ਰ ਹਰ ਕੀਰਤ ਤਤ ਵਿਚਾਰੇ, ਪ੍ਰਭੂ ਦੀ ਕੀਰਤੀ ਸਿਰਫ ਸਲਾਹ ਕੀਰਤਨ 'ਚ ਜੁੜ ਕੇ ਤਤ ਗਿਆਨ ਨੂੰ ਸਮਝ ਲਏ, ਗੁਣ ਗਾਵਤ ਅਤੁੱਲ ਸੁੱਖ ਪਾਇਆ ਠਾਕੁਰ ਅਗਮ ਅਪਾਰੇ। ਉਹਨੇ ਤੁਲਿਆ ਜਿਹੜਾ ਸੁੱਖ ਦੱਸਿਆ ਨਹੀਂ ਜਾ ਸਕਦਾ ਨਾ, ਉਹ ਸੁੱਖ ਦੀ ਪ੍ਰਾਪਤੀ ਕੀਤੀ ਹੁੰਦੀ ਹੈ, ਔਰ ਉਹ ਉਸ ਅਗਮ ਅਪਾਰ ਠਾਕੁਰ ਨੂੰ ਹਿਰਦੇ ਵਿੱਚ ਵਸਾ ਲੈਂਦਾ ਹੈ ਜੀ। ਜੋ ਜਨ ਪਾਰ ਬ੍ਰਹਮ ਆਪਣੇ ਕੀਨੇ, ਤਿਨਕਾ ਬਾਹੁਰ ਕਛ ਨਾ ਵਿਚਾਰੇ, ਨਾਮ ਰਤਨ ਸੁਣ ਜਪ ਜਪ ਜੀਵਾ ਹਰ ਨਾਨਕ ਕੰਠ ਮਜਾਰੇ। ਜਿਹੜੇ ਜਨ ਪ੍ਰਭੂ ਨੇ ਆਪਣੇ ਕਰ ਲਏ, ਸਭ ਤੋਂ ਵੱਡੀ ਬਖਸ਼ਿਸ਼ ਹੈ। ਜੋ ਜਨ ਪਾਰ ਬ੍ਰਹਮ ਆਪਣੇ ਕੀ ਨੇ, ਜਿਹਨੂੰ ਆਪਣਾ ਬਣਾ ਲਿਆ, ਤਿਨਕਾ ਬਹੁਰ ਕੱਛ ਨਾ ਵਿਚਾਰੇ, ਉਹਦੇ ਫਿਰ ਗੁਣ ਅਵਗੁਣ ਨਹੀਂ ਵਿਚਾਰਦੇ। ਇਸ ਕਰਕੇ ਅਸੀਂ ਅਰਦਾਸ ਕਰਦੇ ਹਾਂ, ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ, ਕੋਈ ਨਾ ਵਿਚਾਰੋ ਤੁਸੀਂ। ਜਿਹਨੂੰ ਪ੍ਰਭੂ ਨੇ ਆਪਣਾ ਕਰ ਲਿਆ, ਉਹਦੇ ਤਿਨਕਾ ਬਹੁਰ ਕੱਛ ਨਾ ਵਿਚਾਰੇ, ਨਾਮ ਰਤਨ ਸੁਣ ਜਪ ਜਪ ਜੀਵਾਂ ਹਰ ਨਾਨਕ ਕੰਠ ਮਜਾਰੇ।
ਜਿਹੜਾ ਜਪਦਾ ਜਿਹੜਾ ਧਿਆਉਂਦਾ ਉਹ ਕਹਿੰਦਾ ਹੁਣ ਪ੍ਰਭੂ ਮੇਥੋਂ ਦੂਰ ਨਹੀਂ ਹੈ, ਮੈਂ ਤਾਂ ਆਪਣੇ ਕੰਠ ਆਪਣੇ ਗਲ ਦੇ ਵਿੱਚ ਪ੍ਰਭੂ ਦੇ ਨਾਮ ਦੀ ਮਾਲਾ ਪਾ ਲਈ ਹੈ, ਇੰਨਾ ਨਜ਼ਦੀਕ ਕਰ ਲਿਆ ਉਹ ਮੇਰੇ ਅੰਦਰ ਚਿੰਤਨ ਦੇ ਵਿੱਚ ਹੀ ਵਸ ਗਏ ਨੇ ਜੀ। ਤੁਹਾਡੀ ਮਹਿਲਾ ਨੋਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਹੋ ਕਹਾ ਆਪਣੀ ਅਦਮਾਈ ਉਰਜੋ ਕਨਕ ਕਾਮਨੀ ਕੇ ਰਸ ਨੈ ਕੀਰਤ ਪ੍ਰਭ ਗਾਈ ਰਹਾਓ। ਟੋਡੀ ਮਹੱਲਾ ਨੌਵਾਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਬਾਣੀ ਇੱਕੋ ਇੱਕ ਸ਼ਬਦ ਹੈ ਜੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਟੋਡੀ ਰਾਗ ਦੇ ਵਿੱਚ, ਕਿਉਂਕਿ 17 ਰਾਗ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਬਾਣੀ ਹੈ, ਉਹਦੇ ਵਿੱਚ ਟੋਡੀ ਵੀ ਇੱਕ ਹੈ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਹੋ ਕਹਾਂ ਆਪਣੀ ਅਧਮਾਈ। ਅਧਮਾਈ ਦਾ ਟੁੱਟੀ ਭੱਜੀ ਜ਼ਿੰਦਗੀ, ਅੱਧ ਵਿੱਚੋਂ ਟੁੱਟੀ ਭੱਜੀ, ਅੱਧ ਅੱਧ ਵਿਚਕਾਰ ਰਹੀ ਹੋਈ, ਨਾ ਇੱਧਰ ਜੋਗੀ ਨਾ ਉੱਧਰ ਜੋਗੀ, ਨਾ ਪ੍ਰਭੂ ਦੇ ਮਾਰਗ 'ਤੇ ਤੁਰੀ ਅਤੇ ਨਾ ਦੁਨਿਆਵੀ ਹੋਈ, ਕਿਹਨੂੰ ਦੱਸਾਂ ਕਿਵੇਂ ਦੱਸਾਂ, ਕਹੋ ਕਹਾਂ ਆਪਣੀ ਅਧਮਾਈ ਆਪਣੀ ਹਾਲਤ ਕਿਵੇਂ ਦੱਸਾਂ, ਕੀ ਮੇਰੀ ਹਾਲਤ ਹੈ, ਕਿੱਥੇ ਮੈਂ ਉਰਜਿਆ ਫਿਰਦਿਆਂ। ਉਰਜੇ ਉਹ ਕਨਕ ਕਾਮਨੀ ਕੇ ਰਸ ਨਹਿ ਕੀਰਤ ਪ੍ਰਭ ਗਾਈ। ਇਹ ਕਨਕ ਕਾਮਨੀ ਔਰਤ ਅਤੇ ਸੋਨਾ ਚਾਂਦੀ ਅਤੇ ਦੌਲਤ ਇਹਦੇ ਵਿੱਚ ਮਨ ਬਹੁਤ ਰੁੱਝਿਆ ਪਿਆ, ਪਰ ਪ੍ਰਭੂ ਦੀ ਬੰਦਗੀ ਇੱਕ ਖਿੰਨ ਨਹੀਂ, ਮੈਂ ਕੀਤੀ ਜੀ ਰਹਾਓ। ਜਗ ਝੂਠੇ ਕਉ ਸਾਚ ਜਾਨ ਕੈ ਤਾ ਸਿਓ ਰੁਚ ਉਪਜਾਈ ਦੀਨ ਬੰਦ ਸਿਮਰਿਓ ਨਹੀਂ ਕਬੂ ਹੋਤ ਜੋ ਸੰਗ ਸਹਾਈ। ਜਗ ਝੂਠੇ ਕੋ ਸਾਚ ਜਾਨ ਕੈ, ਝੂਠੇ ਜਗ ਨੂੰ ਮੈਂ ਸੱਚਾ ਜਾਣ ਲਿਆ, ਕਹਿੰਦੇ ਤਾ ਸਿਓ ਰੁਚ ਉਪਜਾਈ, ਰੁਚੀ ਉਸ ਝੂਠੇ ਜਗ ਦੇ ਵਿੱਚ ਮੈਂ ਰੁੱਚ ਗਿਆ, ਮੇਰੇ ਮਨ 'ਚ ਹੋਰ ਲਾਲਸਾ ਉਪਜ ਗਈ ਹੈ। ਦੀਨ ਬੰਧ ਸਿਮਰਿਓ ਨਹੀਂ ਕਬ ਹੂੰ ਹੋਤ ਜੋ ਸੰਗ ਸਹਾਈ, ਜਿਹੜਾ ਨਾਮ ਸਦਾ ਰਹਿਣ ਵਾਲਾ ਉਹਦਾ ਸਿਮਰਨ ਨਹੀਂ ਕੀਤਾ, ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਇਹੀ ਕਹਿੰਦੇ ਭਾਈ ਰਾਮ ਨਾਮ ਉਰਮਹਿ ਗਏ ਜਾ ਕੇ ਸਮ ਨਹੀਂ ਹੋਏ, ਉਹ ਰਾਮ ਨਾਮ ਹੀ ਹਿਰਦੇ 'ਚ ਵਸਾਓ ਜਿਹੜਾ ਸੰਗ ਰਹਿਣ ਵਾਲਾ ਹੈ ਜੀ। ਮਗਨ ਰਹਿਓ ਮਾਇਆ ਮੈਂ ਨਿਸ ਦਿਨ ਛੁੱਟੀ ਨਾ ਮਨ ਕੀ ਕਾਈ ਕਹਿ ਨਾਨਕ ਅਬ ਨਾਏ ਅਨਤ ਗਤ ਬਿਨ ਹਰ ਕੀ ਸ਼ਰਨਾਈ। ਮੈਂ ਮਗਨ ਰਿਹਾ ਮਾਇਆ ਦੇ ਵਿੱਚ ਨਿਸ ਰਾਤ ਦਿਨ ਦਿਨੇ, ਮਗਨ ਰਹਿਓ ਮਾਇਆ ਮੈਂ ਨਿਸ ਦਿਨ ਛੁੱਟੀ ਨਾ ਮਨ ਕੀ ਕਾਈ, ਮਨ ਦੇ ਅੰਦਰ ਦੀ ਮੈਲ ਨਹੀਂ ਕਾਈ, ਤਿਲਕਣ ਨਹੀਂ ਗਈ ਅੰਦਰੋਂ, ਕਹਿ ਨਾਨਕ ਅਬ ਨਾਹੇ ਅਨੰਤ ਗਤ ਬਿਨ ਹਰ ਕੀ ਸ਼ਰਣਾਈ। ਹੁਣ ਮੈਨੂੰ ਪਤਾ ਲੱਗ ਗਿਆ ਮੇਰੀ ਅਨੰਤ ਗਤ ਹੁਣ ਪ੍ਰਭੂ ਦੀ ਸ਼ਰਨ ਤੋਂ ਬਿਨਾਂ ਨਹੀਂ ਆਉਣੀ, ਜਿਹੜੀ ਕਾਈ ਅੰਦਰ ਇਕੱਠੀ ਹੋ ਗਈ ਹੈ ਉਹ ਪ੍ਰਭੂ ਦੇ ਸ਼ਬਦ ਤੋਂ ਹੀ ਮਲੀਨਤਾ ਸਾਫ਼ ਹੋਣੀ ਹੈ ਜੀ। ਤੁਹਾਡੀ ਬਾਣੀ ਭਗਤਾਂ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕੋਈ ਬੋਲੇ ਨਿਰਵਾ ਕੋਈ ਬੋਲੇ ਦੂਰ ਜਲ ਕੀ ਮਾਛੁਲੀ ਚਰੈ ਖਜੂਰ। ਇੱਥੇ ਹੁਣ ਭਗਤਾਂ ਦੀ ਬਾਣੀ ਸ਼ੁਰੂ ਹੋਈ, ਭਗਤ ਨਾਮਦੇਵ ਦੇ 3 ਸ਼ਬਦ ਨੇ ਜੀ, ਇੱਕੋ ਹੀ ਲੜੀ ਦੇ ਸ਼ਬਦ ਨੇ, ਇੱਕੋ ਹੀ ਵਿਸ਼ੇ ਦੇ ਸ਼ਬਦ ਨੇ। ਟੋਡੀ ਬਾਣੀ ਭਗਤਾਂ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇੱਕ ਹੈ ਜਿਹਨੇ ਪ੍ਰਭੂ ਦੀ ਬੰਦਗੀ ਕਰਕੇ ਸੱਚੀ ਮੁੱਚੀ ਹਿਰਦੇ ਤਲ 'ਤੇ ਪ੍ਰਭੂ ਨੂੰ ਪ੍ਰਾਪਤ ਕਰ ਲਿਆ, ਉਹ ਫਿਰ ਸਾਡੀ ਤਰ੍ਹਾਂ ਰੋਲਾ ਨਹੀਂ ਪਾਉਂਦਾ, ਉਹ ਬਿਲਕੁਲ ਮਿਸ਼ਟ ਚੁੱਪ ਹੋ ਜਾਂਦਾ, ਉਹਨੂੰ ਫਿਰ ਵਾਦ ਵਿਵਾਦ ਦਾ ਆਨੰਦ ਨਹੀਂ ਸਵਾਦ ਨਹੀਂ ਆਉਂਦਾ, ਉਹਨੂੰ ਪਤਾ ਹੈ ਕਿ ਪ੍ਰਭੂ ਦਾ ਸੱਚ ਕੀ ਹੈ, ਅਤੇ ਦੁਨੀਆਂ ਦੇ ਲੋਕ ਜਿਹੜੇ ਬਹੁਤੇ ਵਾਦ ਵਿਵਾਦ ਕਰਦੇ ਉਹਨਾਂ ਕੋਲ ਝੂਠ ਹੀ ਹੈ, ਸੱਚ ਨਹੀਂ ਹੈ। ਔਰ ਜਿਨ੍ਹਾਂ ਨੇ ਨਹੀਂ ਪ੍ਰਾਪਤ ਕੀਤਾ, ਜਿਹੜਾ ਬਾਹਰ ਦਾ ਅਡੰਬਲ ਲਈ ਫਿਰਦੇ ਹੈ, ਉਹਨਾਂ ਕੋਲ ਦੁਨੀਆਂ ਭਰ ਦੀ ਵਾਦ ਵਿਵਾਦ ਦੀਆਂ ਗੱਲਾਂ ਕਰਾ ਲਓ, ਪਰ ਇਹਦਾ ਇਹ ਮਤਲਬ ਨਹੀਂ ਹੈ ਕਿ ਇਕੱਲਾ ਵਾਦ ਵਿਵਾਦ ਅਗਿਆਨੀਆਂ ਦੇ ਵਿੱਚ ਹੀ ਹੈ, ਗਿਆਨੀਆਂ ਦੇ ਵਿੱਚ ਵੀ ਹੁੰਦਾ ਜੀ ਇਹ ਵਿਵਾਦ ਦੀ ਗੱਲ, ਕਿਉਂਕਿ ਮਹਾਰਾਜ ਜੀ ਦੀ ਬਾਣੀ ਦਾ ਵੀ ਫਰਮਾਨ ਭਾਈ ਗੁਰਦਾਸ ਜੀ ਵੀ ਕਹਿੰਦੇ ਆ ਕਿ ਖੋਜੀ ਉਪਜੈ ਵਾਦੀ ਬਿਨਸ ਹੈ, ਜਿਹੜਾ ਸਾਰੀ ਜ਼ਿੰਦਗੀ ਵਾਦ ਵਿਵਾਦ 'ਚ ਪਿਆ ਰਹੇਗਾ ਉਹ ਬਿਨਸ ਜਾਏਗਾ, ਪਰ ਜਿਹੜਾ ਵਾਦ ਤੋਂ ਬਿਲਕੁਲ ਪਰਾਂ ਹੋ ਕੇ, ਕਿਉਂਕਿ ਅੱਜ ਕੱਲ੍ਹ ਵਾਦ ਵਿਵਾਦ ਸਾਨੂੰ ਵੀ ਕੋਈ ਪ੍ਰਸ਼ਨ ਪੁੱਛਦਾ ਪਤਾ ਲੱਗ ਜਾਂਦਾ ਕਿਸ ਅਹਿਸਾਸ 'ਚ ਪੁੱਛ ਰਿਹਾ, ਜਾਂ ਖੋਜ ਵਾਲੇ ਅਹਿਸਾਸ 'ਚ ਹੈ ਜਾਂ ਵਾਦ ਵਾਲੇ ਅਹਿਸਾਸ 'ਚ ਹੈ, ਪਤਾ ਲੱਗ ਜਾਂਦਾ ਪ੍ਰਸ਼ਨ ਤੋਂ ਹੀ। ਪਰ ਸਾਹਿਬ ਜੀ ਕਹਿੰਦੇ ਖੋਜੀ ਉਪਜੈ, ਜਿਹੜਾ ਖੋਜ ਕਰਨ ਆਇਆ ਉਹਨੇ ਉਪਜਣਾ, ਉਹਦਾ ਅੰਦਰ ਪ੍ਰਗਾਸ ਹੋਏਗਾ, ਬਾਦੀ ਨੇ ਬਿਨਸ ਜਾਣਾ। ਸਰਵਣ ਕਰੋ ਜੀ ਟੋਡੀ ਬਾਣੀ ਭਗਤਾਂ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕੋਈ ਬੋਲੇ ਨਿਰਵਾ, ਹੈ ਇਹ ਮਹਾਰਾਸ਼ਟਰੀ ਬੋਲੀ ਸਾਰੀ ਜੀ,
ਪੇਂਡੂ ਮਹਾਰਾਸ਼ਟਰੀ ਬੋਲੀ, ਕੋਈ ਕਹਿੰਦਾ ਨੇੜੇ ਹੈ, ਕੋਈ ਬੋਲੇ ਨਿਰਵਾ, ਕੋਈ ਬੋਲੇ ਕਹਿੰਦਾ ਬਹੁਤ ਦੂਰ ਹੈ। ਪਰ ਕਹਿੰਦੇ ਉਸ ਰੱਬ ਦੀ ਵਿਚਾਰ ਨੂੰ ਕੌਣ ਬਿਆਨ ਕਰ ਸਕਦਾ ਜਿਹਦੀਆਂ ਲੱਤਾਂ ਬਾਹਾਂ ਹੋਣ ਨਾ, ਉਹਨੂੰ ਵੀ ਖਜੂਰ ਦੇ ਰੁੱਖ 'ਤੇ ਚੜ੍ਹਨ ਲੱਗਿਆਂ ਪੂਰਾ ਅੱਡੀ ਚੋਟੀ ਦਾ ਜ਼ੋਰ ਲੱਗ ਜਾਂਦਾ। ਅਤੇ ਰੱਬ ਦਾ ਸਰੂਪ ਬਿਆਨ ਕਰਨਾ ਇਹ ਸਮਝੋ ਜਲ ਕੀ ਮਾਛਲੀ ਚਰੈ ਖਜੂਰ, ਜਿਹਦੀ ਲੱਤਾਂ ਬਾਹ ਨਹੀਂ ਉਹ ਖਜੂਰ ਦਾ ਰੁੱਖ ਕਿਵੇਂ ਚੜ੍ਹ ਜਾਏਗੀ। ਇਸ ਕਰਕੇ ਇਕੱਲਾ ਵਾਦ ਵਿਵਾਦ ਹੀ ਹੈ, ਕੋਈ ਨੇੜੇ ਕੋਈ ਦੂਰ ਕਹਿੰਦਾ, ਪਰ ਅਸਲ ਦੇ ਵਿੱਚ ਜਿਹਨੇ ਪਾਇਆ ਉਹਦੀ ਗੱਤ ਅੱਗੇ ਦੱਸੀ ਹੈ। ਬਾਕੀ ਇਹ ਵਾਦ ਵਿਵਾਦ ਮਛਲੀ ਦਾ ਖਜੂਰ ਤੇ ਚੜ੍ਹਨਾ ਹੀ ਹੈ ਜੀ, ਜਿਹੜਾ ਸੰਭਵ ਨਹੀਂ ਹੋ ਸਕਦਾ ਜੀ। ਕਾਹੇ ਰੇ ਬਕ ਬਾਦ ਲਾਇਓ, ਜਿਨ ਹਰ ਪਾਇਓ ਤਿਨਹਿ ਛਪਾਇਓ ਰਹਾਓ। ਰਹਾਓ ਦੀ ਤੁਕਾਂ ਦੇ ਵਿੱਚ ਭਗਤ ਨਾਮਦੇਵ ਜੀ ਕਹਿੰਦੇ ਭਾਈ ਕਾਹਦੀ ਬਕ ਬਾਦ, ਕਿਉਂ ਵਾਦ ਵਿਵਾਦ 'ਚ ਫਸ ਗਿਆ। ਕਾਹੇ ਰੇ ਬਕ ਬਾਦ ਲਾਇਓ, ਜਿਨ ਹਰ ਪਾਇਓ ਤਿਨਹਿ ਛੁਪਾਇਓ। ਜਿਹਨੇ ਪਾ ਲਿਆ ਨਾ ਉਹ ਫਿਰ ਵਾਦ ਵਿਵਾਦ ਦੇ ਵਿੱਚ ਨਹੀਂ ਪੈਂਦਾ, ਉਹਨੂੰ ਪਤਾ ਲੱਗ ਜਾਂਦਾ ਇੱਥੇ ਬੋਲਣਾ ਇੱਥੇ ਨਹੀਂ ਬੋਲਣਾ, ਉਹਨੂੰ ਪਤਾ ਮੂੰਹ ਰੱਖੇ ਨਾਲ ਨਾ ਲੁਝੀਐ, ਉਹਨੂੰ ਇੱਥੇ ਪਤਾ ਕਿ ਇਹਦੇ ਵਿੱਚ ਜਿੱਥੇ ਬੋਲਣ ਹਾਰੀਐ ਤਿੱਥੇ ਚੰਗੀ ਚੁੱਪ। ਇਸ ਕਰਕੇ ਜਿਹਨੇ ਇਸ ਚੀਜ਼ ਦੀ ਪ੍ਰਾਪਤੀ ਕੀਤੀ ਹੈ ਉਹ ਛੁਪਾ ਲੈਂਦਾ, ਭਾਵ ਉਹ ਚੁੱਪ ਰਹਿੰਦਾ। ਇਸ ਰੂਪ ਦੇ ਵਿੱਚ ਸੰਤ ਮਿਲਿਆ, ਕਿ ਸੁਣੀਆਂ ਕਹੀਆ ਮਿਲਿਆ, ਅਸੰਤ ਮਸ਼ਟ ਕਰ ਰਹੀ ਹੈ ਰਹਾਉ। ਪੰਡਿਤ ਹੋਏ ਕਹਿ ਬੇਦ ਬਖਾਨੈ, ਮੂਰਖ ਨਾਮ ਦਿਓ ਰਾਮਹਿ ਜਾਣੈ। ਪੰਡਿਤ ਜੀ ਤੁਸੀਂ ਬਹੁਤ ਸਿਆਣੇ ਹੋ, ਵੇਦਾਂ ਦੀ ਵਿਚਾਰ ਕਰਦੇ ਹੋ, ਦਿਨ ਰਾਤੀ ਕਰਦੇ ਹੋ, ਸਾਰੀ ਉਮਰ ਕਰਦੇ ਆ ਰਹੇ ਹੋ, ਕਦੀ ਤੱਟ ਦੇ ਕੰਢੇ ਬਹਿ ਕੇ ਕਰਦੇ ਹੋ, ਘਰਾਂ ਦੇ ਵਿੱਚ ਬਹਿ ਕੇ ਕਰਦੇ ਹੋ, ਉੱਤੇ ਕਰਦੇ ਹੋ, ਥੱਲੇ ਕਰਦੇ ਹੋ, ਬੈਠੇ ਕਰਦੇ ਹੋ, ਖੜ੍ਹੇ ਕਰਦੇ ਹੋ, ਪੰਡਿਤ ਹੋਏ ਕਿਆ ਵੇਦ ਬਖਾਨਾ, ਬਹੁਤ ਸਿਆਣੇ ਹੋ, ਵੇਦਾਂ ਦੀ ਬਖਾਣ ਕਰਦੇ ਹੋ, ਸ਼ੁਕਰ ਤੁਹਾਨੂੰ ਮੁਬਾਰਕ ਹੈ ਜੀ। ਪਰ ਮੈਂ ਮੂਰਖ ਹਾਂ, ਮੂਰਖ ਨਾਮ ਦਿਓ ਰਾਮਹਿ ਜਾਣੈ, ਮੇਰੇ ਕੋਲ ਕੋਈ ਵੇਦ ਦੀ ਵਿਚਾਰ ਨਹੀਂ ਹੈ, ਮੇਰੇ ਕੋਲ ਤਾਂ ਬਸ ਇੱਕ ਪ੍ਰਭੂ ਦਾ ਨਾਮ ਹੈ, ਇੱਕ ਰਾਮ ਦਾ ਨਾਮ ਹੈ, ਇੱਕ ਰਮੇ ਹੋਏ ਦਾ ਨਾਮ ਹੈ, ਮੈਂ ਉਹਦਾ ਹੀ ਸਿਮਰਨ ਕਰਦਾ ਹਾਂ ਜੀ। ਕੌਣ ਕੋ ਕਲੰਕ ਰਹਿਓ, ਰਾਮ ਨਾਮ ਲੇ ਤੁਹੀ, ਪਤਿਤ ਪਵਿੱਤ ਭਏ ਰਾਮ ਕਹਿ ਤੁਹੀ ਰਹਾਓ। ਇੱਥੇ ਅਗਲਾ ਸ਼ਬਦ ਸ਼ੁਰੂ ਹੈ, ਗਿਣਤੀ ਦੇਖ ਲਿਆ ਕਰੋ ਜੀ, ਦੋ ਪਦੇ ਸਨ, ਇੱਕ ਪਹਿਲਾ ਸ਼ਬਦ ਸੀ, ਹੁਣ ਇੱਥੋਂ ਦੂਸਰਾ ਸ਼ੁਰੂ ਹੈ। ਪਹਿਲੀ ਰਹਾਓ ਦੀ ਤੁਕ ਹੈ, ਕੌਣ ਕੋ ਕਲੰਕ ਰਹਿਓ ਰਾਮ ਨਾਮ ਲੇ ਤੁਹੀ। ਇਸ ਕਰਕੇ ਨਾਮਦੇਵ ਜੀ ਕਹਿੰਦੇ ਮੈਂ ਬਹੁਤੀ ਵਹਿਸ 'ਚ ਨਹੀਂ ਪੈਂਦਾ, ਮੂਰਖ ਨਾਮ ਦਿਓ ਰਾਮ ਜਾਣਾ, ਮੈਂ ਪ੍ਰਭੂ ਦੇ ਨਾਮ ਦੇ ਵਿੱਚ ਹੀ ਜੁੜਿਆ, ਕਿਉਂਕਿ ਮੈਨੂੰ ਪਤਾ ਕੌਣ ਕੋ ਕਲੰਕ ਰਿਹਾ, ਕਿਹੜਾ ਕਿਹੜਾ ਕਲੰਕ ਸਾਡੇ ਮੱਥੇ 'ਤੇ ਸੀ ਅਤੇ ਨਾਮ ਪ੍ਰਭੂ ਦਾ ਲੈਂਦੇ ਸਾਰੇ ਲੱਥ ਗਏ, ਮੈਂ ਕਿਹੜੇ ਕਿਹੜੇ ਕਲੰਕ ਪਾਪ ਦੀ ਗੱਲ ਕਰਾਂ। ਕਹਿੰਦੇ ਇਸ ਕਰਕੇ ਕੌਣ ਕੋ ਕਲੰਕ ਰਿਹਾ, ਰਾਮ ਨਾਮ ਲੇਤ ਹੀ, ਰਾਮ ਦਾ ਨਾਮ ਲੈਂਦੇ ਕਿਹੜਾ ਕਲੰਕ ਹੈ ਜਿਹੜਾ ਨਹੀਂ ਰਹਿੰਦਾ, ਸਭ ਲੱਥ ਜਾਂਦੇ ਆ, ਕੋਈ ਨਹੀਂ ਰਹਿੰਦਾ, ਸਭ ਪਾਪ ਧੁਲ ਜਾਂਦੇ ਹੈ, ਪਤਿਤ ਪਵਿੱਤ ਭਏ ਰਾਮ ਕਹਿਤ ਹੀ। ਇਸ ਕਰਕੇ ਉਹ ਵਾਲਾ ਜਿਸ ਤਰ੍ਹਾਂ ਦੁਨੀਆ ਕਹਿੰਦੀ ਉਹ ਨਹੀਂ ਕਿ ਲੋਕ ਜਾਣੇ ਹੈ ਇਹ ਗੀਤ ਹੈ, ਇਹ ਤੋਂ ਇਹ ਵਾਲਾ ਨਹੀਂ ਕਿ ਰਾਮ ਰਾਮ ਕਰਤਾ ਸਭ ਜੱਗ ਫਿਰੈ ਰਾਮ ਨਾ, ਇਹ ਨਹੀਂ ਕਿ ਮਾਥੇ ਤਿਲਕ ਹੱਥ ਮਾਲਾ ਬਾਨਾ ਲੋਕਨ ਰਾਮ ਖਿਲੋਨਾ, ਇਹ ਵਾਲਾ ਵੀ ਨਹੀਂ ਕਿ ਜਿਸ ਰੂਪ ਦੇ ਵਿੱਚ ਕਬੀਰ ਸਾਹਿਬ ਕਹਿੰਦੇ ਇਹ ਹਰ ਕੇ ਸੰਤ ਨਾ ਆਖੀਐ ਬਾਨਾਰਸ ਕੇ ਠੱਗ, ਇਸ ਰੂਪ ਦੇ ਵਿੱਚ ਕਹਿਣਾ ਜਿਵੇਂ ਨਾਮਦੇਵ ਜੀ ਨੇ ਕਿਹਾ, ਬਿਲਕੁਲ ਨਿਰਲੇਪ ਹੋ ਕੇ ਹਉਮੈ ਦੀ ਬਿਰਤੀ ਤੋਂ ਹਟ ਕੇ ਕਹਿੰਦੇ ਇਹ ਪ੍ਰਭੂ ਦਾ ਨਾਮ ਲੈਂਦਿਆਂ ਪਤਿਤ ਤੋਂ ਪਵਿੱਤ ਹੋ ਜਾਂਦੇ ਆ, ਪ੍ਰਭੂ ਦਾ ਨਾਮ ਜਪਿਆ ਹੀ ਰਹਾਓ। ਰਾਮ ਸੰਗ ਨਾਮ ਦੇਵ ਜਨ ਕੋ ਪ੍ਰਤਗਿਆਈ, ਏਕਾਦਸ਼ੀ ਬ੍ਰਤ ਰਹੇ ਕਾਹੇ ਕੋ ਤੀਰਥ ਜਾਈ। ਬਸ ਪ੍ਰਭੂ ਦੇ ਨਾਮ 'ਚ ਹੀ ਸਾਰਾ ਆ ਗਿਆ, ਦੁਆਦਸ਼ੀ ਦਾਨ ਨਾਮ ਇਸ਼ਨਾਨ ਹਰ ਕੀ ਭਗਤ ਕਰੋ ਤਜਨ ਮਾਨ, ਹਰ ਅੰਮ੍ਰਿਤ ਪਾਨ ਕਰੋ ਸਾਧ ਸੰਗ ਮਨ ਤ੍ਰਿਪਤਾ ਸਹਿ ਕੀਰਤਨ ਪ੍ਰਭ ਰੰਗ। ਪ੍ਰਭੂ ਦੇ ਕੀਰਤਨ ਦੇ ਵਿੱਚ ਸਾਰੇ ਦਾਨ ਇਸ਼ਨਾਨ ਦੁਆਦਸ਼ੀ ਸਭ ਚੰਦਰਮਾ ਗ੍ਰਹਿਣ ਸੂਰਜ ਗ੍ਰਹਿਣ ਸਾਰੇ ਵਿੱਚ ਹੀ ਆ ਗਏ ਜੀ, ਸਾਰੇ ਇਹਦੇ ਵਿੱਚ ਆ ਗਏ, ਇਹ ਸਮੁੰਦਰ ਦੇ ਵਿੱਚ ਹੀ ਸਾਰੇ ਸਮਾ ਗਏ। ਇਹਨੂੰ ਹੀ ਕਿਹਾ ਰਾਮ ਸੰਘ ਨਾਮਦੇਵ ਜਨ ਕੋ ਪ੍ਰਤਿਗਿਆ ਆਈ, ਪ੍ਰਤਿਗਿਆ ਕਹਿੰਦੇ ਇੱਕ ਸਿਆਣਪ ਆਈ, ਇਹ ਪ੍ਰਤੀਤ ਆਈ, ਏਕਾਦਸ਼ੀ ਬ੍ਰਤ ਰਹਿ ਕਾਹੇ ਕੋ ਤੀਰਥ ਜਾਈ। ਹੁਣ ਮੇਰਾ ਏਕਾਦਸ਼ੀ ਦੇ ਇਸ਼ਨਾਨ ਤੀਰਥਾਂ ਦੇ ਜਾਣਾ ਹੋਰ ਬ੍ਰਤ ਪੂਜਾ ਸਾਰੇ ਤੀਰਥ ਰਹਿ ਗਏ ਜੀ, ਹੁਣ ਕੋਈ ਲੋੜ ਨਹੀਂ। ਇਸ ਕਰਕੇ ਅੰਤਰਗਤ ਤੀਰਥ ਮਲ ਨਾ ਹੋ, ਆਪਣੇ ਮਨ ਦਾ ਇਸ਼ਨਾਨ ਅੰਤਰ ਹੀ ਰਾਮ ਦੇ ਨਾਮ ਨਾਲ ਕੀਤਾ ਹੈ ਜੀ। ਭਨਤ ਨਾਮ ਦਿਓ ਸੁਕ੍ਰਿਤ ਸੁਮਤ ਪਏ,
गुरमत राम कह को ना बैकुंठ गए। भनत नाम देव सुकृत सुमत पए। नामदेव कहिंदे भनत प्रभु दा नाम आखण दे नाल मत सुकृत हुंदी है, सियाणी हुंदी है, सुचज हुंदी है, सुमत आउंदी है। गुरमत राम कह को ना बैकुंठ गए। गुरु दी मत लैके प्रभु दा नाम जपण वाला दसो कौन कौन ऐसा है जिहड़ा बैकुंठ नहीं गया, उस प्रभु दे दरगाह तक नहीं अपड़िया, सारे गए ने जी। तीन छंदे खेल आछे रहाओ। ए जी शब्द बड़ा कीमती है, ये बिल्कुल ठेठ मराठी बोली च, महाराष्ट्री बोली च। बाकी शब्द दे विच किथे किथे थोड़े थोड़े लफ्जा का भेद सी, पर ये पूरा ही महाराष्ट्री है। तीन छंदे खेल आछे, तीजा शब्द है जी। सारा संसार त्रैगुण माया दे खेड दे विच ही फसया पिया जी। तीन छंदे, तीनों ही छंद ने, एक तमो सतो ते रजो। कहिंदे खेल अच्छा है, ऐसा खेल है, ठगोरी ऐसी लिपटी हुई है, किस रूप से दुनिया के लोगों नू लिपटी हुई है, ते किस रूप से प्रभु राम दी, प्रभु परमात्मा दी, रमे हुए दी, वाहिगुरु दी भगती करन वालियां नू लिपटी हुई है। ए सरवण करो अगे रहाओ। कुंभार के कर हांडी आछै, राजा के कर सांडी गो, ब्राह्मण के कर रांडी आछै आछै, रांडी सांडी हांडी गो। कुंभार के कर हांडी आछै, जिवें कुमार हुंदा उहदे घर च भई हांडियां ही मिलणगियां जो उहदा काम करदा। कल्ले उहदे घर च नहीं मिलेगी, उहदे चिंतन दे विच वी हांडी होएगी, उहदे अंदर वी। ये शब्द पढ़ने आ भगत जी का, आनीले कागद काटीले गुडी आकाश मदे परमियाले, पंच जनासियों बात बतुआ चीत सडोरी राखियाले, मन राम नामा बेदियाले, जैसे कनिक कला चित मांडियाले, जिवें सुनियारे दा मन सोने च है। इस करके आनीले कुंभ पराईले, उदक राज कुमार पुरंदर, ये हस्त विनोद विचार करती है, चीत सो गागर राखियाले, जड़ा पानी भर के लियाउंदी है औरत, उदा ध्यान गागर वल हुंदा है। मंदर एक द्वार दस जाके गऊ चरावन छाड़ी अले, पांच कोस पर गऊ चरावत चीत सो बछड़ा राखी अले। गां तो बछड़ा भावें जिन्ना मर्जी दूर कर दो, गां पे पहुंच जाएगी भावें दस मील दूर ही क्यों ना हो। इस करके कहत नाम दे सुन त्रिलोचन बालक पालन पौड़ी अले, अंतर बाहर काज विरोधी चीत सो बारक राखी अले। ये अंत दे विच नचोड़ कढ़िया, जिदा जिदा जिथे मत मत हुंदी है उत्थे ही उहदा मन हुंदा है। इस करके जिहड़ा कुंभार है, काम करने वाला भांडिया का, मिट्टी दे होर भी, कुंभार के घर हांडी अच्छा है, उहदे घर च हांडी मिलेगी जी। हांडी जी नूं बर्तन कहिंदे आ। राजा के घर सांडी हो गो, सांडी कहिंदे आ जी हाथियां नूं, महाराष्ट्री मराठी बोली दे विच कहिंदे राजा दे घर हाथी घोड़े ते आफौजां ही मिलणगियां। ब्राह्मण के घर रांडी अच्छा है, रांडी कहिंदे जी धर्म ग्रंथ ते किताबां, ब्राह्मण दे घर यही मिलेगा। रांडी सांडी हांडी गो, ब्राह्मण दे घर रांडी सांडी भाव राजे दे घर सांडी हाथी, ते कुंभार दे घर हांडी गो, यही कुछ मिलेगा। जिदा कोई काम है, जिदा कोई चिंतन है, ओदा ओदे नाल ही वाह वास्ता है जी। बाणिए के कर हींग आछै, पैसर माथे सींग गो, देवल मते लींग आछै, लींग सींग हींग गो। बड़ी कीमती है जी ये रचना। बाणिए के कर हींग अच्छा है, बाणिए का काम करने वाला, उसकी दुकान से हींग तो मिलनी है जी, बाकी समान तो करियाने का समान तो हींग मिलनी है, उसका तो काम ही वाह वास्ता उसके नाल है। भैंसर मत है सींग गो, जे भैंस है तो सिंग उसके सिर पर होंगे, उतों ही पछाण है भैंसे की, कहिंदे उसका सुभा है। देवल मधे लींग अच्छा है, मंदिर के विच शिवलिंगम तो मिलना ही मिलना, वो तो गड्या होएगा विचकार, देव वालियां दी ये निशानी है। इस करके लींग सींग हींग गो, उथे शिवलिंग मिलेगा, भैंसे दे सींग मिलणगे, ते कन्यारे दे आ अपना जेड़ा बाणी है उहदे हींग गो, वह मिलेगा ही मिलेगा जी। तेली कै कर तेल आछै, जंगल मते बेल गो, माली के कर केल आछै, केल बेल तेल गो। भाई जो तेल दा काम करदा कल्ली दुकाना तक सीमित नहीं रहिंदा, जो जिहदा काम करदा घरां तक ये पहुँच जांदा है। ये घर दे विच जिक्र कीता, ध्यान नाल पढ़िओ पहले शब्द तो, इहदे विच कुमार के घर, इत्थे घर बाहरी रूपी घर भी है, तो शरीर रूपी मन रूपी घर भी है, समझो। जो जिहड़ा काम करदा वह कर उहदी हद तक सीमित नहीं है, वह कम घर तक भी पहुँच जाता है।
ਇਸ ਕਰਕੇ ਤੇਲੀ ਕਹਿ ਘਰ ਤੇਲ ਅੱਛ ਹੈ, ਉਹਦੇ 'ਤੇ ਤੇਲ ਹੀ ਮਿਲੇਗਾ ਜਿਹੜਾ ਤੇਲ ਦਾ ਕੰਮ ਕਰਦਾ ਹੈ ਜੀ। ਜੰਗਲ ਮਧੇ ਬੇਲਗੋ, ਜੰਗਲਾਂ ਦੇ ਵਿੱਚ ਵੇਲਾਂ ਹੀ ਮਿਲਣੀਆਂ ਜੀ, ਜੰਗਲਾਂ ਦੇ ਵਿੱਚ ਆਹੀ ਹੈ ਕੁਛ, ਵੇਲ ਹੀ ਮਿਲਣੀਆਂ। ਮਾਲੀ ਕੇ ਘਰ ਕੇਲ ਅੱਛ ਹੈ, ਮਾਲੀ ਦੇ ਘਰ ਜਾਵਾਂਗੇ ਤਾਂ ਕੇਲੇ ਦੇ ਰੁੱਖ ਹੀ ਮਿਲਣੇ ਹੈ, ਉਹਨਾਂ ਨੇ ਉਹ ਕੁਛ ਹੀ ਲਾਏ ਹੋਣੇ ਹੈ। ਇਸ ਕਰਕੇ ਕੇਲ ਬੇਲ ਤੇਲਗੋ, ਕਿੱਥੇ ਕੇਲਾ ਹੈ ਕਿੱਥੇ ਬੇਲ ਹੈ ਜੰਗਲਾਂ ਦੇ ਵਿੱਚ, ਅਤੇ ਤੇਲੀ ਦੇ ਘਰ ਤੇਲ ਹੈ। ਅਤੇ ਹੁਣ ਸੁਣੋ, ਜਿਹੜਾ ਬੰਦਗੀ ਕਰਨ ਵਾਲਾ ਉਹਦੇ ਮਨ ਰੂਪੀ ਘਰ, ਹਿਰਦੇ ਰੂਪੀ ਘਰ, ਇਮਾਰਤ ਰੂਪੀ ਘਰ ਅਤੇ ਹਰ ਰੂਪ ਦੇ ਵਿੱਚ ਕੀ ਕੁਛ ਵਰਤਦਾ ਹੈ ਜੀ। ਸੰਤਾਂ ਮਧੇ ਗੋਬਿੰਦ ਆਚੈ, ਗੋਕਲ ਮਧੇ ਸ਼ਾਮ ਗੋ, ਨਾਮੇ ਮਧੇ ਰਾਮ ਆਚੈ, ਰਾਮ ਸ਼ਾਮ ਗੋਬਿੰਦ ਗੋ। ਸੰਤਾਂ ਮਧੇ ਗੋਬਿੰਦ ਆਚੈ, ਜਿਹੜੇ ਸੰਤ ਜਾਣੇ ਉਹਨਾਂ ਦੇ ਹਿਰਦੇ ਦੇ ਵਿੱਚ ਗੋਬਿੰਦ ਪ੍ਰਭੂ ਹੀ ਮਿਲੇਗਾ ਤੁਹਾਨੂੰ। ਫਰੋਲ ਕੇ ਵੇਖ ਲਓ, ਗੁਣਾ ਕਾ ਹੋਵੇ ਵਾਸਲਾ ਕਡਵਾਸ ਵਹੀ ਜੈ, ਉਹਨਾਂ ਦੇ ਅੰਦਰੋਂ ਖੁਸ਼ਬੂ ਆਏਗੀ ਗੋਬਿੰਦ ਦੇ ਨਾਮ ਦੀ। ਕਹਿੰਦੇ ਇਹ ਉਹਨਾਂ ਦਾ ਸੁਭਾਅ ਹੈ, ਸੰਤਾਂ ਮਧੇ ਗੋਬਿੰਦ ਆਛੈ, ਗੋਕੁਲ ਮਧੇ ਸਿਆਮ ਗੋ। ਜਿਸ ਤਰ੍ਹਾਂ ਗੋਕਲ ਵੱਲ ਜਾਓ ਅਤੇ ਉੱਥੇ ਸ਼੍ਰੀ ਕ੍ਰਿਸ਼ਨ ਸ਼੍ਰੀ ਕ੍ਰਿਸ਼ਨ ਜੈ ਸ਼੍ਰੀ ਕ੍ਰਿਸ਼ਨ ਹੀ ਕਰਦੇ ਫਿਰਦੇ ਆ ਲੋਕ, ਉੱਥੇ ਭਾਵੇਂ ਬੜੋ ਸ਼ਹਿਰ ਦੇ ਵਿੱਚ ਹੀ, ਕਹਿੰਦੇ ਉੱਧਰੋਂ ਹੀ ਸ਼ੁਰੂ ਹੋ ਜਾਂਦਾ ਕ੍ਰਿਸ਼ਨ ਕ੍ਰਿਸ਼ਨ ਹੋਣਾ। ਕਹਿੰਦੇ ਇਉਂ ਸਮਝੋ ਜਿਹਦੇ ਹਿਰਦੇ ਵਿੱਚ ਰਾਮ ਦਾ ਨਾਮ, ਪ੍ਰਭੂ ਦਾ ਨਾਮ ਗੋਬਿੰਦ ਹੈ ਨਾ, ਬਸ ਉਹਦਾ ਉੱਠਣਾ ਬਹਿਣਾ, ਭਾਵੇਂ ਉਹ ਤੱਟ ਹੈ ਅਤੇ ਭਾਵੇਂ ਉਹ ਬਾਟ ਹੈ ਭਾਵੇਂ ਉਹ ਘਾਟ ਹੈ, ਉਹਦਾ ਨਾਮ ਹੀ ਪ੍ਰਭੂ ਦਾ ਹੈ। ਇਸ ਰੂਪ ਦੇ ਵਿੱਚ ਸੰਤਾਂ ਮਧੇ ਗੋਬਿੰਦ ਆਛੈ, ਗੋਕੁਲ ਮਧੇ ਸਿਆਮ ਗੋ, ਨਾਮੇ ਮਧੇ ਰਾਮ ਆਛੈ, ਰਾਮ ਸ਼ਿਆਮ ਗੋਬਿੰਦ ਗੋ। ਇਸ ਕਰਕੇ ਨਾਮਦੇਵ ਦੇ ਮਨ ਦੇ ਵਿੱਚ ਸਿਰਫ ਇੱਕ ਪ੍ਰਭੂ ਦਾ ਰਮੇ ਹੋਏ ਦਾ ਨਾਮ ਹੀ ਹੈ, ਦੂਜਾ ਕੁਛ ਨਹੀਂ ਮਿਲੇਗਾ, ਇਹ ਵੱਖਰੀਆਂ ਵੱਖਰੀਆਂ ਚੀਜ਼ਾਂ। ਕਹਿੰਦੇ ਗੋਕਿਲ 'ਚ ਸ਼ਿਆਮ ਹੈ, ਨਾਮਦੇਵ ਦੇ ਮਨ 'ਚ ਰਾਮ ਹੈ, ਅਤੇ ਇਸ ਰੂਪ ਦੇ ਵਿੱਚ ਸੰਤਾਂ ਦੇ ਹਿਰਦੇ ਵਿੱਚ ਗੋਬਿੰਦ ਗੋ, ਗੋਬਿੰਦ ਦਾ ਹੀ ਵਾਸਾ ਹੈ ਜੀ। ਇੱਥੇ ਸਮਾਂ ਸਮਾਪਤ ਹੈ, ਬਹੁਤ ਧੰਨਵਾਦੀ ਹਾਂ ਭਾਈ ਸਾਹਿਬ ਭਾਈ ਰਾਜਵਿੰਦਰ ਸਿੰਘ ਹੋਰਾਂ ਦੇ, ਗਲਾ ਵੀ ਖਰਾਬ ਸੀ ਫਿਰ ਵੀ ਬਹੁਤ ਸੋਹਣਾ ਭਾਈ ਸਾਹਿਬ ਜੀ ਨੇ ਨਿਭਾਇਆ ਆਜ਼ਾਦ ਸੰਗਤਾਂ ਦੇ ਪਿਆਰ ਦੇ ਵਿੱਚ। ਆਪ ਸੰਗਤਾਂ ਦੇ ਬਹੁਤ ਧੰਨਵਾਦੀ ਹਾਂ, ਬਹੁਤ ਮਸ਼ਹੂਰ ਹਾਂ ਜੀ। ਆਪ ਸੰਗਤਾਂ ਦੇ ਪਿਆਰ ਸਦਕੇ ਸਾਰਾ ਕੁਛ ਸਤਿਗੁਰੂ ਜੀ ਨੇ ਸਫ਼ਰ ਇੱਥੇ ਤੱਕ ਪੁਜਾਇਆ, ਆਪ ਸੰਗਤਾਂ ਦੀਆਂ ਅਰਦਾਸਾਂ ਸਦਕੇ ਹੀ ਇਹ ਕਾਰਜ ਕੱਲ੍ਹ ਨੂੰ ਸਤਿਗੁਰੂ ਜੀ ਮਿਹਰ ਕਰਨਗੇ। ਦੋ ਅੰਗ ਰਹਿ ਗਏ ਇਸ ਪੋਥੀ ਦੇ ਆਖਰੀ, ਉਹ ਕੱਲ੍ਹ ਅਸੀਂ ਵਿਚਾਰ ਕਰਾਂਗੇ। ਰਾਗ ਬੈਰਾੜੀ ਦੀ ਆਰੰਭਤਾ ਕੱਲ੍ਹ ਹੋਏਗੀ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ 550 ਸਾਲਾਂ ਪ੍ਰਕਾਸ਼ ਪੁਰਬ ਦੀ ਪ੍ਰਾਪਤੀ ਇਹ ਤੁਹਾਡੀ ਸੰਗਤਾਂ ਕੋਲ ਵੱਡੀਆਂ ਨੇ, ਕਿਉਂਕਿ ਬਾਹਰ ਦੇ ਅਡੰਬਰ ਨਹੀਂ ਕੀਤੇ ਅਸਾਂ ਨੇ, ਸਤਿਗੁਰੂ ਜੀ ਦੀ ਕਿਰਪਾ ਨਾਲ ਪ੍ਰਭੂ ਦਾ ਨਾਮ ਹਿਰਦੇ ਵਿੱਚ ਵਸਾਇਆ ਅਤੇ ਇਸ ਬਾਣੀ ਦੇ ਦਰਸ਼ਨ ਕੀਤੇ ਨੇ। ਇਹ ਬਾਹਰ ਦੇ ਅਡੰਬਰਾਂ ਤੋਂ ਬਚ ਕੇ ਇਹ ਕੀਤੇ ਜਾਣ ਵਾਲੇ ਸ਼ਬਦ ਦੀ ਵਿਚਾਰ ਦਾ ਕਾਰਜ ਸਾਨੂੰ ਸਭ ਸਾਰੀਆਂ ਸੰਗਤਾਂ ਨੂੰ ਸੱਚੀ ਮੁੱਚੀ, ਆਪ ਸਾਰੀਆਂ ਸੰਗਤਾਂ ਮੁਬਾਰਕ ਦੇ ਪਾਤਰ ਹੋ, ਕਿਉਂਕਿ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਇਹ ਬਾਤ ਹੈ ਮੱਕੇ ਵੱਲ ਦੀ, ਕਿ ਇਕੱਲਾ ਤੁਸੀਂ ਭਾਵੇਂ ਕਿ ਇੱਕ ਜਨ ਹੀ ਘਰਾਂ ਤੋਂ ਉੱਠ ਕੇ ਗੁਰੂ ਘਰ ਆਉਂਦੇ ਹੋ, ਪਰ ਇਹ ਭੁਲੇਖਾ ਨਾ ਰੱਖੀਏ ਕਿ ਅਸੀਂ ਜੇ ਇਕੱਲੇ ਆਉਂਦੇ ਹਾਂ ਤਾਂ ਸਾਡੇ ਇਕੱਲੇ। ਸਤਿਗੁਰੂ ਜੀ ਕਹਿੰਦੇ ਨਾਲ ਦੇ ਵੀ ਸੰਗੀ ਸਾਥੀ ਸਗਲ ਤਰਾਈ। ਇਹਦਾ ਮੈਂ ਜ਼ਿਕਰ ਇੱਕ ਵਾਰੀ ਸਾਖੀ ਪਿਛਲੇ ਸਾਲ ਕੀਤੀ ਸੀ, ਮੈਂ ਫਿਰ ਦੁਹਰਾਉਣ ਲੱਗਾ। ਇਹ ਸਾਖੀ ਹੈ ਜੀ ਸੱਯਦ ਦੀ। ਸੱਯਦ ਪ੍ਰਿਥੀਪਾਲ ਇਹਦਾ ਬਾਅਦ ਦਾ ਨਾਮ ਹੈ, ਪੁਰਾਤਨ ਨਾਮ ਇਹ ਕਸ਼ਮੀਰ ਦੇ ਮੁਸਲਮਾਨ ਸਨ। ਕਸ਼ਮੀਰ ਦੀ ਧਰਤੀ 'ਤੇ ਇਹਨਾਂ ਦਾ ਜਨਮ ਹੋਇਆ ਸੀ। ਦਾਦਾ ਦੇ ਨਾਲ ਇਹ ਇੱਕ ਦਿਨ ਆਪਣੇ ਪਿਤਾ ਅਤੇ ਦਾਦੇ ਦੇ ਨਾਲ ਸੱਯਦ ਪਰਿਵਾਰ ਮੁਸਲਮਾਨ ਮੱਕੇ ਵੱਲ ਗਏ। ਇਹਨਾਂ ਦੀ ਉਮਰ ਛੋਟੀ ਸੀ। ਉਹਨਾਂ ਦਿਨਾਂ ਦੇ ਵਿੱਚ ਕਸ਼ਮੀਰ ਦੇ ਹਾਲਾਤ ਬਹੁਤ ਵਿਗੜੇ ਸਨ। ਇਹ ਉਹਨਾਂ ਦਿਨਾਂ ਦੀ ਗੱਲ ਹੈ ਜਿਨ੍ਹਾਂ ਦਿਨਾਂ ਦੇ ਵਿੱਚ ਹਜੇ ਪਾਰਟੀਸ਼ਨ ਵੀ ਨਹੀਂ ਹੋਇਆ ਸੀ। ਇਹ ਪ੍ਰੀ ਪਾਰਟੀਸ਼ਨ ਦੀਆਂ ਗੱਲਾਂ ਨੇ। ਸੱਯਦ ਜੀ ਆਪਣੇ ਪਿਤਾ ਜੀ ਦਾਦਾ ਜੀ ਦੇ ਨਾਲ ਮੱਕੇ ਗਏ ਅਤੇ ਉੱਥੇ ਉਹਨਾਂ ਨੇ ਮੱਕੇ ਦੀ ਜਿਹੜੀ ਮਦਰਸਾ ਸੀ ਉਹਦੇ ਵਿੱਚ ਉਹਨਾਂ ਨੂੰ ਪਾ ਦਿੱਤਾ ਕਿ ਉਹ ਵਾਪਸ ਆ ਗਏ। ਹੁਣ ਜਿਉਂ ਜਿਉਂ ਉਹ ਕਸ਼ਮੀਰ ਦੇ ਵਿੱਚ, ਬਸ ਜਿਹੜੇ ਉਹ ਥਾਂ 'ਤੇ ਰਹਿੰਦੇ ਸੀ ਸ਼੍ਰੀਨਗਰ ਕਸ਼ਮੀਰ 'ਚ, ਘਰ ਦੇ ਲਾਗੇ ਗੁਰਦੁਆਰਾ ਸੀ। ਕਸ਼ਮੀਰ 'ਚ ਭਾਵੇਂ ਕਈ ਤਰ੍ਹਾਂ ਦੀਆਂ ਆਪਦਾ ਆਈਆਂ, ਭੁੱਖਮਰੀ ਵੀ ਆਈ, ਕਈ ਵਾਰੀ ਬਹੁਤ ਠੰਡ ਵੀ ਪਈ ਹੈ, ਬਰਫ਼ਬਾਰੀ ਵੀ ਪੁਰਾਣੇ ਸਮੇਂ 'ਚ ਹੋਈ ਹੈ, ਬਾਕੀ ਸਭ ਕੁਛ 'ਤੇ ਦੀਵੇ ਬੁਝੇ ਹੁੰਦੇ ਸੀ। ਅਤੇ ਸੱਯਦ ਜੀ ਕਹਿੰਦੇ ਇੱਕ ਬਸ ਗੁਰਦੁਆਰਾ ਸੀ ਜਿੱਥੇ ਦੀਆ ਬਲਦਾ ਰਹਿੰਦਾ ਸੀ ਹਮੇਸ਼ਾ। ਕਹਿੰਦੇ ਕੋਈ ਯਾਤਰੂ ਆਏ, ਕੋਈ ਪਰਾਇਆ ਆਏ, ਕੋਈ ਮੁਸਲਮਾਨ ਆਏ, ਕੋਈ ਆਏ,
ਕਹਿੰਦੇ ਉਸ ਘਰ ਦੇ ਵਿੱਚੋਂ ਲੰਗਰ ਸਭ ਨੂੰ ਮਿਲਣਾ। ਕਹਿੰਦੇ ਇਸ ਚੀਜ਼ ਨੇ ਬੜਾ ਪ੍ਰਭਾਵਿਤ ਕੀਤਾ। ਉਸ ਮਦਰਸੇ ਦੀ ਲਾਇਬ੍ਰੇਰੀ, ਪਰ ਉਹ ਤਾਂ ਹੁਣ ਬੜਾ ਵੱਡਾ ਇੰਸਟੀਟਿਊਸ਼ਨ ਬਣ ਚੁੱਕਾ ਹੈ ਜੀ, ਕਿਉਂਕਿ ਡਾਕਟਰ ਗੁਰਭਗਤ ਸਿੰਘ ਨੇ ਉਹਦੇ ਉੱਤੇ ਰਿਸਰਚ ਕੀਤੀ ਸੀ ਬਹੁਤ ਜ਼ਿਆਦਾ। ਉਹਨਾਂ ਨੇ ਉਹ ਰਿਸੋਰਸਿਸ ਬਾਅਦ 'ਚ ਫਾਇੰਡ ਕੀਤੇ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਉਹ ਪ੍ਰੋਫੈਸਰ ਸਨ, ਹੁਣ ਤਾਂ ਉਹ ਸਾਬਕਾ ਨੇ, ਉਹ ਤਾਂ ਛੱਡ ਚੁੱਕੇ ਨੇ, ਉਹਨਾਂ ਦਾ ਟੈਨਿਊਰ ਪੂਰਾ ਹੋ ਗਿਆ ਸੀ, ਬੜੇ ਬਜ਼ੁਰਗ ਨੇ। ਉਹਨਾਂ ਨੇ ਕੰਮ ਕੀਤਾ ਸੀ ਥੋੜ੍ਹਾ ਜਿਹਾ। ਹੁਣ ਜਿਸ ਵੇਲੇ ਉਹਨਾਂ ਦੇ ਹੱਥ ਕਿਤਾਬਾਂ ਲੱਗੀਆਂ ਤਾਂ ਇੱਕ ਕਿਤਾਬ ਉਹਨਾਂ ਦੇ ਹੱਥ ਆਈ, ਪੀਰ ਬਾਬਾ ਨਾਨਕ ਦੀ। ਉਹਦਾ ਨਾਮ ਕੀ ਸੀ ਉਹ ਸਾਰਾ ਆਉਣ ਵਾਲੀਆਂ ਸਾਖੀਆਂ 'ਚ ਦੱਸਾਂਗੇ, ਮੈਂ ਸਿਰਫ ਸੰਖੇਪ ਦੇ ਵਿੱਚ ਜ਼ਿਕਰ ਕਰ ਰਿਹਾ ਜਿੰਨਾ ਕੁਛ ਹੋ ਸਕਦਾ। ਉਹਦੇ ਵਿੱਚ ਉਹਨੇ ਦੇਖਿਆ ਕਿ ਉਹ ਜਿਹੜਾ ਟ੍ਰੈਕਟ ਲਿਖਿਆ ਹੋਇਆ ਅਰਬੀ ਭਾਸ਼ਾ ਦੇ ਵਿੱਚ, ਉਹ ਉਹਨੇ ਲਿਖਿਆ ਹੈ ਜਿਹਨੇ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕੀਤੇ ਅੱਖਾਂ ਦੇ ਨਾਲ। ਔਰ ਉਹਦੇ ਵਿੱਚ ਜੀਵਨ ਕਾਜ਼ੀ ਦਾ ਵੀ ਜ਼ਿਕਰ ਹੈ, ਡਾਕੂਮੈਂਟੇਸ਼ਨ ਹੈ, ਕਿਉਂਕਿ ਜੀਵਨ ਕਾਜ਼ੀ ਦਾ ਜ਼ਿਕਰ ਭਾਈ ਗੁਰਦਾਸ ਜੀ ਕਰਦੇ ਆ। ਜੀਵਨ ਨੇ ਕੱਢ ਕੇ ਲੱਤ ਮਾਰੀ, ਇਹਦਾ ਵੀ ਜ਼ਿਕਰ ਹੈ। ਉਹਨੇ ਫਿਰ ਨਿਸ਼ਾਨੀ ਮੰਗੀ ਸੀ ਗੁਰੂ ਨਾਨਕ ਸਾਹਿਬ ਤੋਂ, ਜੀਵਨ ਕਾਜ਼ੀ ਨੂੰ ਹੀ ਗੁਰੂ ਨਾਨਕ ਸਾਹਿਬ ਜੀ ਨੇ ਕੌਂਸ ਦੀ ਨਿਸ਼ਾਨੀ ਦਿੱਤੀ ਸੀ, ਖੜਾਵਾਂ ਦੀ ਨਿਸ਼ਾਨੀ, ਉੱਥੇ ਰੱਖਣ ਵਾਸਤੇ। ਹੁਣ ਜਿਸ ਵੇਲੇ ਉਹ ਟ੍ਰੈਕਟ ਹੱਥ 'ਚ ਆਇਆ ਤਾਂ ਉਹਨਾਂ ਨੇ ਪੜ੍ਹਿਆ ਕਿ ਗੁਰੂ ਨਾਨਕ ਸਾਹਿਬ ਦੀ ਮੱਕਾ ਫੇਰੀ। ਜਾਣਦੇ ਸਨ ਗੁਰੂ ਨਾਨਕ ਸਾਹਿਬ ਜੀ ਨੂੰ, ਕਿਉਂਕਿ ਗੁਰਦੁਆਰਾ ਘਰ ਦੇ ਲਾਗੇ ਸੀ ਹੈਗੇ, ਭਾਵੇਂ ਉਹ ਮੁਸਲਮਾਨ ਸੱਯਦ ਸਨ। ਜਿਉਂ ਜਿਉਂ ਪੜ੍ਹਨਾ ਸ਼ੁਰੂ ਕੀਤਾ ਤਿਉਂ ਤਿਉਂ ਉਹਨਾਂ ਦੇ ਅੰਦਰ ਬਹੁਤ ਭਾਵ ਪੈਦਾ ਹੋਇਆ। ਕਈ ਸਾਲ ਉਸ ਮਦਰਸੇ ਤੋਂ ਲਾ ਕੇ ਵਾਪਸ ਆਏ, ਕਸ਼ਮੀਰ ਆਏ, ਕਸ਼ਮੀਰ ਹੋਰ ਦੇਖਿਆ ਕਿ ਫਿਰ ਆਪਦਾ ਆਈ ਗੁਰਦੁਆਰੇ ਦੇ ਵਿੱਚ, ਉਹਨਾਂ ਦੀ ਸ਼ਰਧਾ ਬਹੁਤ ਵਧੀ। ਲਾਹੌਰ ਆ ਗਏ, ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਸ਼ਹੀਦੀ ਸਥਾਨ ਦੇ ਦਰਸ਼ਨ ਕੀਤੇ, ਹੋਰ ਗੁਰਸਿੱਖਾਂ ਦੇ, ਪੁਰਾਤਨ ਗੁਰਸਿੱਖਾਂ ਦੇ ਦਰਸ਼ਨ ਹੋਏ ਉਹਨਾਂ ਨੂੰ। ਉਹਦੇ ਵਿੱਚ ਬੜੇ ਗੁਰਸਿੱਖਾਂ ਦੇ ਨਾਮ ਨੇ, ਕਾਨ ਸਿੰਘ ਨਾਭਾ ਵਰਗੇ ਨੇ ਪੁਰਾਤਨ ਗੁਰਸਿੱਖ, ਹੋਰ ਗੁਰਸਿੱਖਾਂ ਨਾਲ ਮਿਲਾਪ ਹੋਇਆ ਜੀ, ਸਿੱਖ ਬਣ ਗਏ। ਉਹਨਾਂ ਦਾ ਨਾਂ ਪ੍ਰਿਥੀਪਾਲ ਸਿੰਘ ਹੋ ਗਿਆ, ਮੁਸਲਮਾਨ ਤੋਂ ਸਿੱਖ ਬਣ ਗਏ। ਫਿਰ ਉਹਨਾਂ ਨੇ ਇੱਕ ਕਿਤਾਬ ਲਿਖੀ ਜਿਹੜਾ ਉਹਨਾਂ ਨੇ ਟ੍ਰੈਕਟ ਪੜ੍ਹਿਆ ਸੀ ਮੱਕੇ ਦੀ ਲਾਇਬ੍ਰੇਰੀ, ਮਦੀਨੇ ਦੀ ਲਾਇਬ੍ਰੇਰੀ 'ਚ, ਜਿਹਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਫੇਰੀ ਦਾ ਜ਼ਿਕਰ ਹੈ। ਉਹਦੇ ਵਿੱਚ ਇਹ ਲਿਖਿਆ ਸੀ ਉਹਨਾਂ ਨੇ ਨਿਚੋੜ ਕੇ, ਭਾਈ ਜੋ ਵੀ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਦਾ ਜਾਂ ਗੁਰੂ ਨੂੰ ਚੇਤੇ ਕਰਦਾ, ਮਤਾ ਇਹ ਜਾਣੇ ਕਿ ਅਸੀਂ ਆਪਣਾ ਆਪਣਾ ਸਫ਼ਰ ਸਵਾਰ ਰਹੇ ਹਾਂ, ਅਸੀਂ ਆਪਣੇ ਘਰਦਿਆਂ ਦਾ ਵੀ ਸਵਾਰ ਰਹੇ ਹਾਂ, ਅਸੀਂ ਆਪਣੇ ਪਰਿਵਾਰ ਦਾ ਵੀ ਸਵਾਰ ਰਹੇ ਹਾਂ, ਇੱਥੋਂ ਤੱਕ ਕਿ ਦੇਹੀ ਕਿਸਕੀ ਬਾਪੁਰੀ ਪਵਿੱਤਰ ਹੋਏਗੋ ਗ੍ਰਾਮ, ਕਹਿੰਦੇ ਸਾਰਾ ਗ੍ਰਾਮ ਸ਼ਹਿਰ ਵੀ ਪਵਿੱਤਰ ਤੱਕ ਹੋ ਸਕਦਾ। ਉਹਦੇ ਵਿੱਚ ਇੱਕ ਨਸੀਰਾ ਦਾ ਜ਼ਿਕਰ ਹੈ ਜੀ, ਇੱਕ ਔਰਤ ਦਾ। ਗੁਰੂ ਨਾਨਕ ਸਾਹਿਬ ਗਾਉਂਦੇ ਨੇ ਅੰਮ੍ਰਿਤ ਵੇਲੇ, ਰਬਾਬ ਵੱਜਦੀ ਹੈ, ਇਹਦੇ ਵਿੱਚ ਜ਼ਿਕਰ ਕੀਤਾ ਕਿ ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਗੁਰੂ ਸਾਹਿਬ ਗਾਉਂਦੇ ਨੇ ਅਤੇ ਉਹ ਨਸੀਰਾ ਆ ਕੇ ਰੋਜ਼ ਸੁਣਦੀ ਹੈ, ਉਹ ਵੀ ਸਾਹਮਣੇ ਬੈਠਾ, ਮੱਕੇ ਦਾ ਹਾਜ਼ੀ ਵੀ ਬੈਠਾ, ਉੱਥੇ ਉਹ ਹਾਫੀਜ਼ ਵੀ ਬੈਠਾ ਜਿਹਨੇ ਇਹ ਕਿਤਾਬ ਲਿਖੀ ਹੈ। ਕਹਿੰਦੇ ਗੁਰੂ ਬਾਬਾ ਰੋਜ਼ ਗਾਉਂਦੇ, ਬਾਬਾ ਲਫ਼ਜ਼ ਵਰਤਦਾ ਉਹ ਦਾਦਾ ਵੱਡਾ, ਕਹਿੰਦੇ ਰੋਜ਼ ਗਾਉਂਦੇ ਪੋ ਫੁਟਾਲੇ ਤੋਂ ਪਹਿਲਾਂ। ਕਹਿੰਦੇ ਸੁਨਮੁਨ ਨਗਰੀ ਪਈ, ਸਾਰੀ ਨਗਰੀ ਸੁਨਮੁਨ ਹੋ ਜਾਂਦੀ, ਦਿੱਤੀ ਬਾਂਗ ਨਿਵਾਜ ਕਰ, ਅਨਲ ਹੱਕ ਦੀ ਬਾਂਗ ਦਿੰਦੇ ਹੈ, ਪਰ ਜਦ ਸੂਰਜ ਦੀ ਕਿਰਨਾਂ ਆਉਣ ਲੱਗਦੀਆਂ ਨੇ ਤਾਂ ਫਿਰ ਚਲੇ ਜਾਂਦੇ ਨੇ, ਬਸ ਇਹੀ ਸਮਾਂ ਉਹਨਾਂ ਦਾ ਸਵੇਰ ਦਾ। ਰੋਜ਼ ਆਉਂਦੀ ਹੈ ਨਸੀਰਾ ਘਰੋਂ ਸੁਣਨ ਵਾਸਤੇ। ਉਹਦਾ ਪਤੀ ਸੌਦਾਗਰ ਸੀ, ਇੱਕ ਦਿਨ ਘਰ ਆ ਗਿਆ, ਗੁਆਂਢੀਆਂ ਨੇ ਦੱਸ ਦਿੱਤਾ ਕਿ ਤੇਰੀ ਬੇਗਮ ਨਸੀਰਾ ਨਾਪਾਕ ਹੋ ਗਈ ਹੈ, ਕਿਸੇ ਹਿੰਦ ਕੇ ਪੀਰ ਕੋ ਸੁਣਨ ਜਾਂਦੀ ਆ। ਉਹ ਨਸੀਰਾ ਵਾਪਸ ਆਈ ਸਵੇਰੇ ਸਵੇਰੇ ਅਤੇ ਅੱਗੇ ਉਹਦਾ ਪਤੀ ਘਰ ਬੈਠਾ ਸੀ, ਉਹਦੀ ਬਾਂਹ ਫੜ ਕੇ ਕਹਿੰਦਾ ਤੂੰ ਕਿੱਥੇ ਗਈ ਸੈਂ, ਇਹ ਦੱਸ ਕਿੱਥੇ ਗਈ ਸੈਂ, ਤੂੰ ਮੇਰੀ ਇਜਾਜ਼ਤ ਤੋਂ ਬਿਨਾਂ ਕਿੱਥੇ ਜਾ ਰਹੀ। ਨਸੀਰਾ ਉਹਨੂੰ ਕਹਿੰਦੀ ਬਾਂਹ ਛੱਡ, ਪਹਿਲਾਂ ਇਹ ਦੱਸ ਕਿ ਤੂੰ ਜਿਹੜਾ ਅਰਬ ਦੇ ਵਿੱਚ ਕਤਲ ਕਰਕੇ ਆਇਆ ਅਤੇ ਜਿਹੜਾ ਇਹ 1000 ਮੋਹਰਾਂ ਸੋਨੇ ਦੀਆਂ ਲੈ ਕੇ ਗਿਆ ਅਤੇ ਉਹ ਕਿਹਨੂੰ ਦੇ ਕੇ ਆਇਆ, ਉਹਦਾ ਕੀ ਕੀਤਾ। ਉਹ ਹੈਰਾਨ ਹੋ ਗਿਆ ਕਿ ਇਹ ਤੈਨੂੰ ਕਿਹਨੇ ਦੱਸਿਆ। ਇਹ ਜੀ ਬਿਲਕੁਲ ਸੱਚੀ ਘਟਨਾ ਵਾਪਰੀ ਹੈ ਅਰਬ ਦੇਸ਼ ਦੀ ਧਰਤੀ 'ਤੇ, ਰਿਟਨ ਡਾਕੂਮੈਂਟੇਟਿਡ ਹੈਗੇ। ਕਹਿੰਦੇ ਤੈਨੂੰ ਕਿਹਨੇ ਦੱਸਿਆ, ਕਹਿੰਦੇ ਪਹਿਲਾਂ ਦੱਸ ਤੂੰ। ਕਹਿੰਦਾ ਮੈਂ ਇੱਧਰੋਂ ਗਿਆ ਸੌਦਾਗਰ ਸੌਦਾ ਕਰਨ, ਊਂਠ ਮੇਰਾ ਕਿਸੇ ਦੇ ਖੇਤ 'ਚ ਵੜ ਗਿਆ, ਉਹਨੇ ਇੱਟ ਮਾਰੀ, ਊਂਠ ਮਰ ਗਿਆ ਮੇਰਾ, ਮੈਂ ਇੱਟ ਚੱਕ ਕੇ ਮਾਰੀ ਬੰਦੇ ਦੇ ਸਿਰ 'ਚ ਵੱਜ ਗਈ, ਉਹ ਮਰ ਗਿਆ, ਮੈਨੂੰ ਫੜ ਲਿਆ, ਕਹਿੰਦੇ ਖੂਨ ਕਾ ਬਦਲਾ ਖੂਨ। ਮੈਨੂੰ ਮਾਰਨ ਦੀ ਤਿਆਰੀ ਹੋਈ, ਪਰ ਜੀ ਕਹਿੰਦੇ ਇਹ ਪੁਰਾਤਨ ਸ਼ਬਦਾਵਲੀ ਹੈ ਉਸ ਵੇਲੇ ਦੀ, ਕਹਿੰਦੇ ਜੇ ਕੋਈ ਤੇਰੀ ਜਗ੍ਹਾ ਕੋਈ ਇੱਥੇ ਤੂੰ ਬਿਠਾ ਦੇ, 100,000 ਸੋਨੇ ਦੀਆਂ ਮੋਹਰਾਂ ਤੂੰ ਇਕੱਠੀਆਂ ਕਰ, 1000 ਮੋਹਰਾਂ ਸੋਨੇ ਦੀਆਂ ਲਿਆ ਦੇ ਅਤੇ ਤੇਰੀ ਬੰਦ ਖਲਾਸੀ ਕਰ ਦਿੰਦੇ, ਤੈਨੂੰ ਛੱਡ ਦਿੰਦੇ। ਕਹਿੰਦੇ ਮੈਂ ਕਿਹਨੂੰ ਬਿਠਾ ਕੇ ਜਾਵਾਂ, ਮੈਂ ਸੌਦਾਗਰ ਬੰਦਾ, ਮੈਂ ਤਾਂ ਪਰਾਏ ਦੇਸ਼ 'ਚ ਬੈਠਾ। ਕਹਿੰਦੇ ਇੰਨੇ ਨੂੰ ਇੱਕ ਬਜ਼ੁਰਗ ਆਇਆ, ਕਹਿੰਦੇ ਢੱਠਾ ਜਿਹਾ ਸਾਫਾ ਬਣਿਆ,
ਕਿਤੇ ਬੜੇ ਹੀ ਸਾਦੇ ਬਸਤਰ ਪਾਏ ਉਹਨੇ। ਕਹਿੰਦਾ ਮੈਂ ਤੇਰਾ ਬਣਦਾ ਨਿਸ਼ਾਨ, ਤੂੰ ਜਾ। ਕਹਿੰਦਾ ਮੈਂ ਹੈਰਾਨ ਹੋਇਆ, ਮੈਂ ਭੱਜਿਆ ਗਿਆ ਪਿੰਡ ਨੂੰ, ਆਇਆ ਅੱਧੀ ਰਾਤ, ਮੋਹਰਾਂ ਦਾ ਇੰਤਜ਼ਾਮ ਕੀਤਾ, ਕਿਸੇ ਨੂੰ ਘਰ ਖਬਰ ਨਹੀਂ ਲੱਗਣ ਦਿੱਤੀ, ਚੁੱਪ ਚੁਪੀਤੇ। ਕਹਿੰਦੇ ਇੱਥੋਂ ਦੇ ਕੁੱਤਿਆਂ ਨੂੰ ਨਹੀਂ ਪਤਾ ਲੱਗਿਆ ਕਿ ਮੈਂ ਆਇਆ, ਇੰਨਾ ਮੈਂ ਮਹਿਫੂਜ਼ ਰੂਪ 'ਚ ਆਇਆ। ਪਰ ਤੇਰੇ ਹਿੰਦ ਦੇ ਪੀਰ ਨੂੰ ਕਿੰਨੇ ਦੱਸਿਆ? ਕਹਿੰਦੀ ਉਹ ਤਾਂ ਉਹ ਜਾਣਦਾ। ਕਿੰਨੇ ਦੱਸਿਆ? ਕਹਿੰਦੇ ਮੈਨੂੰ ਮਿਲਾ, ਮੈਂ ਵੀ ਦੇਖਾਂ ਕੌਣ ਹੈ ਤੇਰਾ ਹਿੰਦ ਦਾ ਪੀਰ ਜਿਹਨੂੰ ਇਹ ਪਤਾ ਲੱਗਿਆ। ਉਹ ਕਹਿੰਦੀ ਹੁਣ ਨਹੀਂ, ਸਵੇਰੇ ਪੋ ਫਟਾਲੇ। ਅੱਜ ਨਸੀਰਾ ਇਕੱਲੀ ਨਹੀਂ ਗਈ, ਨਾਲ ਉਹਦਾ ਖਸਮ ਗਿਆ, ਨਾਲ ਉਹਦਾ ਪਤੀ ਗਿਆ, ਬੇਗਮ ਨਾਲ ਹੈ, ਦੋਨੋਂ ਗਏ ਨੇ। ਬਾਬਾ ਗਾਂਵਦੇ ਨੇ ਆਪਣੇ ਆਨੰਦ ਦੇ ਵਿੱਚ ਕਿ ਅਸੀਂ ਇਸ ਰੂਪ ਦੇ ਵਿੱਚ ਹੈਗੇ ਹਾਂ, ਉਸ ਖੁਦਾ ਦੀ ਇਬਾਦਤ ਦੇ ਵਿੱਚ ਜੁੜੇ ਹੋਏ ਹਾਂ। ਕਿ ਬਦਬਖਤ ਹਮਚੂੰ ਬਖੀਲ ਗਾਫਿਲ ਬੇਨਜ਼ਰ ਬੇਬਾਕ, ਨਾਨਕ ਬਗੋਇਤ ਜੰਤੁਰਾ ਤੇਰੇ ਚਾਹ ਕਰਾਂ। ਇਹ ਵੀ ਸ਼ਬਦ ਦਾ ਜ਼ਿਕਰ ਹੈ ਮੱਕੇ ਦੀ ਧਰਤੀ 'ਤੇ ਗਾਉਣ ਦਾ। ਜਿਸ ਵੇਲੇ ਅੱਜ ਕਿਰਨ ਪਈ ਸੂਰਜ ਦੀ ਪਹਿਲੀ ਗੁਰੂ ਨਾਨਕ ਸਾਹਿਬ ਦੇ ਚਿਹਰੇ 'ਚ, ਉਹ ਲਿਖਾਰੀ ਲਿਖਦਾ, ਕਹਿੰਦੇ ਪਹਿਲੀ ਵਾਰ ਗੁਰੂ ਨਾਨਕ ਸਾਹਿਬ ਦਾ ਚਿਹਰਾ ਦੇਖਿਆ, ਸਤਿਗੁਰ ਅਗਮ ਅਗਾਦ ਪੁਰਖ ਕਿਹੜਾ ਝਲੇ ਗੁਰੂ ਦੀ ਝਾਲਾ। ਕਹਿੰਦੇ ਇੰਨਾ ਨੂਰ ਪ੍ਰਕਾਸ਼ ਕਹਿੰਦੇ ਸੂਰਜ ਦਾ ਨਹੀਂ ਜਿੰਨਾ ਚਿਹਰੇ 'ਤੇ ਗੁਰੂ ਨਾਨਕ ਸਾਹਿਬ ਦਾ ਸੀ। ਕਹਿੰਦੇ ਨਸੀਰਾ ਦੇ ਪਤੀ ਦੀ ਅੱਖ ਖੁੱਲ੍ਹੀ, ਉਹਨੇ ਦੇਖਿਆ ਕਿ ਇਹ ਤਾਂ ਉਹੀ ਹੈ ਜਿਹੜੀ ਮੇਰੀ ਜਾਨ ਵਿਛਾ ਕੇ ਗਿਆ, ਕਿਉਂਕਿ ਉਹਨੇ ਦੱਸਿਆ ਸੀ ਮੈਂ ਮੋਹਰਾਂ ਦਾ ਇੰਤਜ਼ਾਮ ਕਰਕੇ ਉੱਥੇ ਪਹੁੰਚਿਆ, ਉਹਨੂੰ ਕਤਲ ਕਰਨ ਲੱਗੇ ਸੀ, ਪਰ ਮੈਂ ਪਹੁੰਚਿਆ, ਮੋਹਰਾਂ ਦਿੱਤੀਆਂ, ਇੰਨੇ ਨੂੰ ਮੈਂ ਆਪਣਾ ਹਿਸਾਬ ਕਿਤਾਬ ਕੀਤਾ, ਮਾਫ਼ੀ ਮੰਗੀ। ਕਹਿੰਦੇ ਉਹਨੇ ਨੂੰ ਉਹ ਭੱਜ ਗਿਆ ਸੀ, ਚਲਾ ਗਿਆ ਸੀ, ਮੈਂ ਵੇਖਿਆ ਨਹੀਂ ਕੌਣ ਸੀ ਉਹ। ਪਰ ਨਸੀਰਾ ਜਾਗ, ਜਿਹੜਾ ਤੇਰੇ ਖਸਮ ਨੂੰ ਪਤੀ ਨੂੰ ਬਚਾ ਕੇ ਗਿਆ ਨਾ, ਇਹ ਉਹੀ ਬੈਠਾ ਹੈ, ਇਹ ਕੋਈ ਹਿੰਦ ਦਾ ਪੀਰ ਨਹੀਂ ਹੈ, ਇਹ ਤੇਰੇ ਪਤੀ ਦੀ ਜਾਨ ਬਚਾਉਣ ਵਾਲਾ, ਇਹ ਵਿਚੋਲਾ ਹੈ, ਇਹ ਉਹੀ ਹੈ, ਇਹ ਨਾਨਕ ਹੈ। ਕਹਿੰਦੇ ਨਾਨਕ ਹੈ? ਕਹਿੰਦੇ ਹਾਂ ਇਹ ਨਾਨਕ ਹੈ। ਨਾਲ ਕਹਿੰਦੇ ਜ਼ਿਕਰ ਕੀਤਾ ਮਰਦਾਨੇ ਨੇ, ਕਹਿੰਦੇ ਨਾ ਨਾ ਇਹ ਹਿੰਦ ਦਾ ਪੀਰ ਆਖੋ, ਅਤੇ ਨਾ ਇਹ ਉਹ ਹੈ ਜਿਹੜੇ ਇਸ ਧਰਤੀ 'ਤੇ ਦਸਤਗੀਰੀਆਂ ਨੂੰ ਬਣਾਉਣ ਵਾਲਾ ਹੈ, ਖਾਨਦਾਨ ਨੂੰ ਬਣਾਉਣ ਵਾਲਾ ਹੈ। ਨਾਨਕ ਕਲ ਵਿੱਚ ਆਇਆ ਰੱਬ ਫਕੀਰ ਇੱਕੋ ਪਹਿਚਾਣਾ, ਦੋਨਾਂ ਨੇ ਘੁੱਟ ਕੇ ਚਰਨ ਫੜੇ। ਉੱਥੋਂ ਇਹ ਉਪਦੇਸ਼ ਦਿੱਤਾ ਸੱਯਦ ਪ੍ਰਿਥੀਪਾਲ ਹੋਰਾਂ ਨੇ ਕਿ ਦੁਨੀਆਂ ਦੇ ਲੋਕੋ ਗੁਰੂ ਨਾਨਕ ਨੂੰ ਚੇਤੇ ਕਰਨ ਵਾਲਿਓ, ਗੁਰੂ ਨਾਨਕ ਇਕੱਲਾ ਇਕੱਲਾ ਆਪਣਾ ਨਹੀਂ ਸਵਾਰਦਾ, ਗਰਜ਼ੀ ਨਹੀਂ ਹੈ ਗੁਰੂ ਨਾਨਕ, ਖੁਦ ਗਰਜ਼ ਨਹੀਂ ਹੈ, ਖੁਦ ਗਰਜ਼ ਅਸੀਂ ਹਾਂ। ਜਿਹੜਾ ਗੁਰਬਾਬੇ ਨੂੰ ਚੇਤੇ ਕਰਦਾ ਉਹ ਤਾਂ ਸਭ ਦੇ ਪਰਿਵਾਰ ਦੇ ਪਰਿਵਾਰ, ਸਭੇ ਥੂਕ ਸਾਰਿਆਂ ਨੂੰ ਉਧਾਰ ਦਿੰਦਾ। ਇਹ ਗੁਰੂ ਨਾਨਕ ਸਾਹਿਬ ਜੀ ਦੀ ਇਸ ਘਰ ਦੀ ਬਰਕਤ ਹੈ। ਜਿੱਥੇ ਤੁਸੀਂ ਸਹਿਜ ਪਾਠ 'ਤੇ ਜੁੜੇ ਹੋ, ਪੂਰਾ ਇੱਕ ਸਾਲ ਤੋਂ ਵੱਧ ਹੋ ਗਿਆ, 11 ਸਤੰਬਰ 2018 ਆਰੰਭ ਹੋਇਆ ਸੀ, ਜਿੱਥੇ ਆਪ ਨੇ ਆਪਣੇ ਮਨ ਪਵਿੱਤਰ ਕੀਤੇ ਨੇ, ਉੱਥੇ ਆਪ ਸੰਗਤਾਂ ਦੇ ਪਰਿਵਾਰਾਂ ਦੇ ਵਿੱਚ ਵੀ ਗੁਰੂ ਦੇ ਸ਼ਬਦ ਦੀ ਕਲਾ ਵਰਤੀ ਹੈ। ਮੈਨੂੰ ਵਿਸ਼ਵਾਸ ਹੈ ਬਿਲਕੁਲ ਵਰਤੀ ਹੈ, ਕੋਈ ਆਪਣੀ ਗੱਲ ਨਹੀਂ, ਇਹ ਗੁਰੂ ਦੇ ਸ਼ਬਦ ਦੇ ਮਾਣ ਦੇ ਵਿੱਚ ਮੈਂ ਕਹਿ ਰਿਹਾ, ਬਿਲਕੁਲ ਵਰਤੀ ਹੈ, ਹੋਰ ਵਰਤੇਗੀ, ਸਦਾ ਹੀ ਵਰਤਦੀ ਰਹੇਗੀ, ਕਿਉਂਕਿ ਜਿਹੜਾ ਤੁਸੀਂ ਗੁਰੂ ਦੇ ਰੂਪ ਦੇ ਦਰਸ਼ਨ ਕੀਤੇ ਹੈ, ਇਹ ਧਰਤੀ 'ਤੇ ਕੋਈ ਵਿਰਲਾ ਹੁੰਦਾ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੇ ਇਸ ਰੂਪ 'ਚ ਦਰਸ਼ਨ ਕਰਦਾ। ਔਰ ਆਪ ਸੰਗਤਾਂ ਦੇ ਚਰਣਾ ਸਦਕਾ ਸਾਡੇ ਵਰਗਿਆਂ ਨੂੰ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਦੇ ਦਰਸ਼ਨ ਕਰਨ ਦਾ ਸੁਭਾਗ ਮਿਲ ਰਿਹਾ। ਧੰਨਵਾਦ ਹੈ ਜੀ ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।